ਮੇਰਾ ਕਹਿਣ ਦਾ ਭਾਵ ਸੀ ਤੁਹਾਡੀ ਜ਼ਿੰਦਾ ਦਿਲੀ ਨੂੰ ਸਲਾਮ ਆ, ਜਿਵੇਂ ਹਰਮਨ ਜੀ ਨੇ ਕਿਹਾ, ਪਰ ਸੀ ਜਗਮੋਹਨ ਕੌਰ ਜੀ ਦੇ ਪ੍ਰਸੰਗ ਦੇ ਵਿੱਚ ਕਿਹਾ, ਅਤੇ ਗੀਤ ਤਾਂ ਵਰਤਮਾਨ ਦੇ ਵਿੱਚ ਵੀ ਮਕਬੂਲ ਹੈ ਅਤੇ ਰਹਿਣਾ ਵੀ ਆ। ਹਾਂ, ਜਗਮੋਹਨ ਦਾ ਕੋਈ ਬਦਲ ਨਹੀਂ, ਜਗਮੋਹਨ ਕੋਈ ਨਹੀਂ ਬਣ ਸਕਦਾ। ਇਹ ਕਿਹੜੇ ਵਰੇ ਦੀ ਗੱਲ ਹੋਊਗੀ ਅੰਦਾਜ਼ਾ? ਹਾਏ ਹਾਏ ਹਾਏ, ਵਰਾ ਦੱਸਿਆ ਤਾਂ ਮੇਰੀ ਉਮਰ ਦਾ ਪਤਾ ਲੱਗ ਜੇ। ਨਹੀਂ, ਆਪਾਂ ਇਹਨੂੰ ਦੱਬ ਕੇ ਲਵਾਂਗੇ। ਇੱਕ ਮਿੰਟ ਦੱਸੋ ਵੀ ਸਾਡੇ ਸਾਰੇ ਦਰਸ਼ਕ ਵੀ ਜਾਣਨਾ ਚਾਹੁੰਦੇ ਆ, ਅਤੇ ਹੋਰ ਵੀ ਦੇਸ਼ ਦੁਨੀਆ ਦੇ ਵਿੱਚ ਬੈਠੇ ਜਿਹੜੇ ਸੰਗੀਤ ਪਿਆਰੇ ਆ ਉਹ ਵੀ, ਕਿ ਜਗਮੋਹਨ ਕੌਰ ਅਤੇ ਕੇਦੀਪ ਇੱਕ ਦੂਜੇ ਤੋਂ ਬਿਨਾਂ ਅਧੂਰੇ ਸੀ ਅਤੇ ਹਨ, ਕਿਉਂਕਿ ਕੇਦੀਪ ਹੋਰਾਂ ਦੀ ਪਛਾਣ ਜਗਮੋਹਨ ਕੌਰ ਜੀ ਕਰਕੇ, ਜਗਮੋਹਨ ਕੌਰ ਹੋਰਾਂ ਦੀ ਪਛਾਣ ਕੇਦੀਪ ਹੋਰਾਂ ਕਰਕੇ, ਇਹ ਤਾਲਮੇਲ ਕਿਵੇਂ ਹੋਇਆ, ਰਾਬਤਾ ਕਿਵੇਂ ਪਹਿਲੀ ਵਾਰ ਕਿਵੇਂ ਮਿਲੇ ਸੀ? ਅਰੇ ਕਹਾਂ ਲੈ ਗਏ ਆ ਮੁਝੇ। ਫਿਰ ਇਹ ਤੁਹਾਡਾ ਜਦੋਂ ਗਾਣਾ ਬਹੁਤ ਮਕਬੂਲ ਹੋ ਗਿਆ, ਇਹ ਐਲ ਪੀ ਦੇ ਵਿੱਚ ਸੀ ਕਿ ਈ ਪੀ ਦੇ ਵਿੱਚ ਸੀ? ਉਹ ਸਾਰਿਆਂ 'ਚ ਸੀ। ਅੱਛਾ, ਈ ਪੀ 'ਚ ਵੀ, ਐਲ ਪੀ 'ਚ ਹੁਣ ਤੱਕ ਆਉਂਦਾ। ਫਿਰ ਤੁਸੀਂ ਸਟੇਜਾਂ ਸਾਂਝੀਆਂ ਕਰਨੀਆਂ ਸ਼ੁਰੂ ਕਰਤੀਆਂ, ਦੋਨੋਂ ਜਣੇ ਦੁਗਾਣੇ ਦੇ ਤੌਰ 'ਤੇ ਜਾਂਦੇ ਸੀ ਪੇਸ਼ਕਾਰੀ ਕਰਨ। ਉਦੋਂ ਅੰਦਾਜ਼ਾ ਜੋ ਪਹਿਲੇ ਤੁਹਾਡੇ ਪ੍ਰੋਗਰਾਮ ਸੀ, ਕਿੰਨੀ ਕੁ ਭੇਟਾ ਲੈਂਦੇ ਸੀ, ਕਿੰਨੇ ਕੁ ਪੈਸੇ? ਅੰਦਾਜ਼ਾ? ਵਿਆਹ ਤਾਂ ਹਲੇ ਹੋਇਆ ਹੀ ਨਹੀਂ। ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨ ਥਿੰਦ, ਤੇ ਹਰ ਰੋਜ਼ ਦੀ ਤਰ੍ਹਾਂ ਤਾਂ ਨਹੀਂ, ਖੈਰ ਬੰਦਾ ਉਹੀ ਹੈ, ਪਰ ਅੱਜ ਥੋੜਾ ਜਿਹਾ ਬਦਲਿਆ। ਤੁਹਾਨੂੰ ਜ਼ਰੂਰ ਉਹਨਾਂ ਦਾ ਤਾਰਫ ਕਰਵਾਉਂਦੇ ਆ। ਮੇਰੇ ਨਾਲ ਹਾਜ਼ਰ ਨੇ ਸਵਰਨ ਸਿੰਘ ਟਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਅੱਜ ਤਾਂ ਬੜੀਆਂ ਟਾਈਆਂ ਸ਼ਾਈਆਂ ਲਾ ਕੇ ਬੈਠੇ ਹੋ, ਕੋਈ ਮਾੜੀ ਗੱਲ ਦੱਸੋ? ਸਦਕੇ ਜਾਵਾਂ ਤੁਹਾਡੀ ਟਾਈ ਦੇ। ਦੇਖੋ, ਕੋਈ ਬੰਦਾ ਸਧਾਰਨ ਹੋਵੇ ਨਾ, ਤੇ ਉਹ ਮੰਨ ਲਓ ਤਿਆਰ ਹੋ ਜੇ ਜੀ ਚਾਹ ਪੂਰਾ ਕਰਨ ਦੇ ਲਈ, ਤਾਂ ਲੋਕ ਕਹਿੰਦੇ ਵਿਆਹ ਚੱਲਿਆ ਹੋਣਾ, ਉਦਾਂ ਤਾਂ ਹੋਣ ਵਾਲਾ ਹੈ ਨਹੀਂ ਜੀ। ਤੁਸੀਂ ਹੁਣ ਮੇਰੇ ਨਾਲ ਕੁਛ ਵੀ ਜੋੜ ਲਓ ਸ਼ਬਦ ਵੀ ਵਿਆਹ ਚੱਲਿਆ ਹੋਣਾ। ਨਹੀਂ ਨਹੀਂ, ਮੈਨੂੰ ਤਾਂ ਐ ਲੱਗਦਾ ਵੀ ਜਿੰਨੀ ਖੂਬਸੂਰਤ ਜਗ੍ਹਾ ਦੇ ਉੱਪਰ ਆਪਾਂ ਬੈਠੇ, ਆਲੇ ਦੁਆਲੇ ਬਹੁਤ ਵੱਡੀਆਂ ਵੱਡੀਆਂ ਇਮਾਰਤਾਂ ਖੜੀਆਂ ਨੇ, ਹਨਾ, ਤਾਂ ਮੈਨੂੰ ਲੱਗਦਾ ਵੀ ਇੱਕ ਅੱਧੀ ਇਮਾਰਤ ਦਾ ਸੌਦਾ ਮਾਰਨ ਦੇ ਲਈ ਆਏ ਹੋ। ਦੇਖੋ ਜੀ, ਮੈਂ ਤਾਂ ਸਧਾਰਨ ਟੱਬਰ ਦੇ ਵਿੱਚ ਜੰਮਿਆ ਜਾਇਆ, ਜਿੰਨਾ ਕੁ ਦੋ ਕਮਰਿਆਂ ਦਾ ਘਰ ਆ ਉਨਾ ਬਹੁਤ ਆ ਜੀ, ਤੇ ਮੈਨੂੰ ਬਾਲੀਆਂ ਲੰਮੀਆਂ ਚੌੜੀਆਂ ਉੱਚੀਆਂ ਇਮਾਰਤਾਂ ਦੀ ਜ਼ਰੂਰਤ ਨਹੀਂ ਗੀ, ਪਰ ਹਾਂ ਉੱਚੇ ਵਿਚਾਰਾਂ ਵਾਲੇ ਲੋਕਾਂ ਦੀ ਮੈਨੂੰ ਬਹੁਤ ਜ਼ਰੂਰਤ ਰਹਿੰਦੀ ਹੈ। ਵਾਹ! ਤੇ ਜਦੋਂ ਵੀ ਮੈਨੂੰ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਦਾ, ਮੈਂ ਅੰਦਰੋਂ ਸਰਸ਼ਾਰ ਹੋ ਜਾਂਦਾ। ਕੀ ਬਾਤ ਹੈ, ਹਾਂ ਮਨ ਸਵਾਦ ਗੜੂੰਦ ਹੋ ਗਿਆ। ਬਿਲਕੁਲ ਜੀ। ਤੇ ਅੱਜ ਵੀ ਅਸੀਂ ਇਸੇ ਸੋਚ ਦੇ ਨਾਲ ਹੀ ਇੱਥੇ ਅੱਜ ਬੈਠੇ ਹਾਂ। ਤੁਸੀਂ ਦੇਖ ਹੀ ਰਹੇ ਹੋਵੋਗੇ ਕਿ ਆਲੇ ਦੁਆਲੇ ਦੇ ਨਜ਼ਾਰੇ, ਸਾਡੇ ਪਿੱਛੇ ਦੇ ਨਜ਼ਾਰੇ ਬਹੁਤ ਖੂਬਸੂਰਤ ਨਜ਼ਾਰੇ ਨੇ, ਤੇ ਇਹਨਾਂ ਖੂਬਸੂਰਤ ਨਜ਼ਾਰਿਆਂ ਦੇ ਵਿੱਚ ਹੀ ਅਸੀਂ ਇੱਕ ਬਹੁਤ ਖੂਬਸੂਰਤ ਸ਼ਖਸ ਨੂੰ ਮਿਲਣ ਦੇ ਲਈ ਆਏ ਹਾਂ। ਬਿਲਕੁਲ ਜੀ। ਸੋ ਉਹ ਸ਼ਖਸ ਕੌਣ ਨੇ, ਇਹਨਾਂ ਦਾ ਤਾਰਫ ਤੁਸੀਂ ਕਰੋ। ਬਿਲਕੁਲ ਜੀ, ਅਸੀਂ ਅੱਜ ਲੁਧਿਆਣੇ ਦੇ ਵਿੱਚ ਹਾਂ, ਲੁਧਿਆਣੇ ਦੀ ਇੱਕ ਪਾਰਕ ਦੇ ਵਿੱਚ ਬੈਠੇ ਹਾਂ ਇਸ ਵੇਲੇ। ਪਿਛਲੇ ਪਾਸੇ ਬੜੇ ਖੂਬਸੂਰਤ ਦ੍ਰਿਸ਼ ਹੈਗੇ ਆ, ਕਿਉਂਕਿ ਹਰਿਆਲੀ ਚੌਂ ਪਾਸੇ ਹੈਗੀ ਆ, ਜਿਨ੍ਹਾਂ ਦੇ ਨਾਲ ਅਸੀਂ ਮਿਲਣ ਆਏ ਹਾਂ ਅੱਜ, ਅਤੇ ਉਹਨਾਂ ਦਾ ਪੰਜਾਬੀ ਗਾਇਕੀ ਦੇ ਵਿੱਚ ਬਹੁਤ ਵੱਡਾ ਸਥਾਨ ਆ। ਜਦੋਂ ਅਸੀਂ ਜੰਮੇ ਨਹੀਂ ਸੀ ਉਹ ਉਦੋਂ ਦੇ ਮਕਬੂਲ ਆ, ਅਤੇ ਇੰਨੇ ਕੁ ਮਕਬੂਲ ਆ ਵੀ ਸ਼ਬਦਾਂ ਦੇ ਵਿੱਚ ਉਹਨਾਂ ਦੀ ਮਕਬੂਲੀਅਤ ਨੂੰ ਬਿਆਨ ਕਰਨਾ ਔਖਾ। ਇੱਕ ਵੇਲਾ ਸੀ, ਅਤੇ ਅੱਜ ਵੀ ਵੈਸੇ ਤਾਂ ਉਹ ਵੇਲਾ ਹੈਗਾ ਵੀ ਜਦੋਂ ਜਗਮੋਹਨ ਕੌਰ ਜੀ ਜਿਹੜੇ ਸਤਿਕਾਰਯੋਗ ਇਸ ਦੁਨੀਆਂ ਦੇ ਵਿੱਚ ਨਹੀਂ, ਅਤੇ ਕੇਦੀਪ ਸਾਹਿਬ ਨੇ ਜਿਹੜੇ ਉਹਨਾਂ ਦੇ ਦੁਗਾਣੇ ਹਰ ਹੱਟੀ ਭੱਠੀ ਵੱਜਦੇ ਸੀ, ਉਹਨਾਂ ਦੇ ਮਾਈ ਮੋਹਣੋ ਅਤੇ ਪੋਸਤੀ ਦੇ ਕਿਰਦਾਰ ਦੀਆਂ ਗੱਲਾਂ ਘਰ ਘਰ ਦੇ ਵਿੱਚ ਹੁੰਦੀਆਂ ਸੀ। ਬਾਬਾ ਵੇ ਕਲਾ ਮਰੋੜ, ਇਹ ਗਾਣਾ ਮੇਰੇ ਚੇਤੇ ਦੀ ਚੰਗੇਰ ਦੇ ਵਿੱਚ ਅੱਜ ਵੀ ਜਮ੍ਹਾਂ ਹੋਇਆ ਪਿਆ। ਜਦੋਂ ਵੀ ਮੈਂ ਸੁਣਦਾ ਨਾ ਕਿ ਬੜਾ ਕਰਾਰਾ ਪੂਦਨਾ, ਜਦੋਂ ਕਰਾਰਾ ਸ਼ਬਦ ਆਉਂਦਾ, ਤੇ ਮੈਂ ਇਹ ਸੋਚਦਾ ਹੁੰਦਾ ਕਿ ਸਤਿਕਾਰਯੋਗ ਜਿਹੜੇ ਜਗਮੋਹਨ ਕੌਰ ਜੀ ਇਸ ਦੁਨੀਆਂ ਦੇ ਵਿੱਚ ਨਹੀਂ, ਉਹਨਾਂ ਵਾਂਗ ਇੱਥੇ ਕੋਈ ਕਰਾਰਾ ਸ਼ਬਦ ਹੀ ਨਹੀਂ ਕਹਿ ਸਕਦਾ ਗਾ, ਬਾਕੀ ਗੱਲਾਂ ਛੱਡੋ। ਪਤਾ, ਕੁਦਰਤੀ ਜਿਹੜੀ ਇੱਕ ਪਰਮਾਤਮਾ ਵੱਲੋਂ ਬਖਸ਼ੀ ਗਈ ਅਦਾ, ਇੱਕ ਪਰਮਾਤਮਾ ਵੱਲੋਂ ਬਖਸ਼ਿਆ ਗਿਆ ਨਖਰਾ, ਇੱਕ ਪਰਮਾਤਮਾ ਵੱਲੋਂ ਬਖਸ਼ੀ ਗਈ ਆਵਾਜ਼, ਇਹ ਸਾਰੀਆਂ ਚੀਜ਼ਾਂ ਦਾ ਸੁਮੇਲ ਸੀ ਜਗਮੋਹਨ ਕੌਰ। ਬਿਲਕੁਲ, ਪਰ ਉਹ ਸਾਡੇ ਵਿਚਕਾਰ ਨਹੀਂ, ਇਸ ਚੀਜ਼ ਦਾ ਅਫਸੋਸ ਜ਼ਰੂਰ ਹੈ, ਪਰ ਅੱਜ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਵਿਚਕਾਰ ਨੇ ਕੇਦੀਪ ਜੀ। ਕੇਦੀਪ ਸਾਹਿਬ ਜਿਨ੍ਹਾਂ ਨੇ ਤਵਿਆਂ ਵਾਲੇ ਦੌਰ ਤੋਂ ਲੈ ਕੇ ਕੈਸਟਾਂ ਵਾਲਾ ਦੌਰ, ਸੀਡੀ ਵਾਲਾ ਦੌਰ, ਤੇ ਅੱਜ ਯੂਟਿਊਬ ਵਾਲਾ ਦੌਰ ਵੀ ਉਹ ਹੰਢਾ ਰਹੇ ਆ। ਉਹਨਾਂ ਦੇ ਗੀਤ ਯੂਟਿਊਬ ਦੇ ਉੱਤੇ ਕਿੰਨੇ ਕੁ ਸੁਣੇ ਜਾਂਦੇ ਆ, ਇਹਦੇ ਬਾਬਤ ਦੱਸਣ ਦੀ ਲੋੜ ਨਹੀਂ, ਕਿਉਂਕਿ ਮੈਂ ਨਾ ਅੱਜ ਆਉਂਦਾ ਹੋਇਆ ਗੱਡੀ ਦੇ ਵਿੱਚ ਬੜੇ ਹੀ ਗਾਣੇ ਸੁਣ ਕੇ ਆਇਆ, ਤੇ ਹਰ ਗਾਣੇ ਨੂੰ ਇੰਨੇ ਕੁ ਵਿਊ ਜਿਹਨੂੰ ਕਹਿੰਦੇ ਆ ਬਈ ਬਣੇ ਹੋਏ ਆ, ਵੀ ਕਮਾਲ ਹੀ ਆ, ਬਹੁਤ ਕਮਾਲ ਦੀ ਗੱਲ। ਬੜੀਆਂ ਇਹਨਾਂ ਮੁਲਾਕਾਤਾਂ ਸੁਣੀਆਂ, ਆਲੇ ਦੁਆਲੇ ਦੇ ਕਲਾਕਾਰ ਭਾਈਚਾਰੇ ਤੋਂ ਬਹੁਤ ਸਾਰੀਆਂ ਗੱਲਾਂ ਬਾਤਾਂ ਸੁਣਦੇ ਰਹੇ ਆ। ਸੋ ਅੱਜ ਕੁਲਦੀਪ ਸਿੰਘ ਜੀ ਉਰਫ ਕੇਦੀਪ ਦੇ ਨਾਲ ਗੱਲਾਂ ਬਾਤਾਂ ਆਪਾਂ ਕਰਨੀਆਂ ਦਿਲ ਖੋਲ ਕੇ, ਤੇ ਕੁਝ ਕੁ ਉਹਨਾਂ ਦੀਆਂ ਵਨਗੀਆਂ ਜਿਹੜੀਆਂ ਉਹ ਵੀ ਸੁਣਾਂਗੇ ਜੀ। ਕੇਦੀਪ ਸਾਹਿਬ, ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਨੂੰ ਸਮਾਂ ਦਿੱਤਾ, ਸਾਡੀ ਬੜੀ ਇੱਛਾ ਸੀ ਕਿ ਤੁਹਾਡੇ ਨਾਲ ਸੰਗਤ ਕਰੀਏ ਤੇ ਗੱਲਬਾਤ ਕਰੀਏ। ਨਹੀਂ, ਖੁਆਇਸ਼ ਤਾਂ ਅੰਦਰੋਂ ਮੇਰੀ ਵੀ ਸੀਗੀ ਕਿ ਮੇਰੀ ਜ਼ਿਕਰ ਹੋਇਆ ਪ੍ਰਾਈਮ ਏਸ਼ੀਆ ਦਾ, ਬਈ ਜੋ ਸਾਨੂੰ ਮੌਕਾ ਮਿਲੇਗਾ ਅਸੀਂ ਵੀ ਗੁਫ਼ਤਗੂ ਕਰਾਂਗੇ। ਸਵਰਨ ਜੀ, ਬੜਾ ਅੱਛਾ ਮਾਹੌਲ ਹੈ, ਹਰਮਨ ਜੀ ਨਾਲ ਨੇ,
ਬੜੀਆਂ ਸ਼ਾਨਦਾਰ ਤੁਸੀਂ ਗੱਲਾਂ ਕਰ ਰਹੇ ਸੀ ਜਗਮੋਹਨ ਹੋਣਾ ਬਾਰੇ। ਇੱਕ ਲਫ਼ਜ਼ ਮੈਨੂੰ ਤੁਹਾਡਾ ਪਸੰਦ ਨਹੀਂ ਹੈ, ਆਇੰਦਾ ਮੈਂ ਕਿਤੇ ਬੋਲਿਓ ਜੀ। ਜਿਹੜਾ ਲਫ਼ਜ਼ ਸੀ ਹੈ ਨਾ, ਉਹ ਸਾਡੇ ਨਾਲ ਨਹੀਂ ਜੁੜਦਾ। ਵਾਹ, ਵੀ ਬੜੇ ਮਸ਼ਹੂਰ ਸੀ, ਬਾਬਾ ਵੀ ਕਲਾਮ ਰੋਡ ਸੀ, ਕੁਛ ਵੀ। ਵੀ ਆਰ ਸਟਿਲ ਪ੍ਰੈਜੈਂਟ ਐਂਡ ਵੀ ਆਰ ਐਕਟਿਵ ਐਂਡ ਵੀ ਆਰ ਵੈਰੀ ਵੈਰੀ ਕੰਫਰਟੇਬਲ ਐਂਡ ਵੀ ਆਰ ਡੂਇੰਗ ਵੈਲ। ਮੇਰਾ ਕਹਿਣ ਦਾ ਭਾਵ ਸੀ ਤੁਹਾਡੀ ਜ਼ਿੰਦਾਦਿਲੀ ਨੂੰ ਸਲਾਮ ਆ, ਜਿਵੇਂ ਹਰਮਨ ਜੀ ਨੇ ਕਿਹਾ। ਪਰ ਸੀ ਜਗਮੋਹਨ ਕੌਰ ਜੀ ਦੇ ਪ੍ਰਸੰਗ ਦੇ ਵਿੱਚ ਕਿਹਾ, ਅਤੇ ਗੀਤ ਤਾਂ ਵਰਤਮਾਨ ਦੇ ਵਿੱਚ ਵੀ ਮਕਬੂਲ ਹੈ ਅਤੇ ਰਹਿਣਾ ਵੀ ਆ। ਹਾਂ, ਜਗਮੋਹਨ ਦਾ ਕੋਈ ਬਦਲ ਨਹੀਂ, ਜਗਮੋਹਨ ਕੋਈ ਨਹੀਂ ਬਣ ਸਕਦਾ। ਅਸੀਂ ਬੜੀ ਟਰਾਈ ਕਰਦੇ ਹਾਂ, ਵੀ ਸਾਡੀ ਜਿਹੜੀ ਇੰਟਰਨੈਸ਼ਨਲ ਡੋਨ ਕਾਮੇਡੀ ਹੈ ਮਾਈ ਮੋਨ ਔਰ ਪੋਸਟੀ, ਮੈਂ ਬਹੁਤ ਟਰਾਈ ਕੀਤਾ, ਬਹੁਤ ਵਾਰੀ ਪੇਪਰਸ ਦਿੱਤਾ ਕਾਲਜ ਸਕੂਲਾਂ ਦੇ ਵਿੱਚ ਲੜਕੇ ਲੜਕੀਆਂ, ਵੀ ਕੋਈ ਮਾਈ ਮੋਨੋ ਸਾਨੂੰ ਲੱਭੇ। ਪਰ ਨਹੀਂ, ਅਫਸੋਸ ਹੈ ਕਿ ਅੱਜ ਤੱਕ ਤਾਂ ਕੋਈ ਕਰੈਕਟਰ ਐਸਾ ਮਿਲਿਆ ਨਹੀਂ ਹੈ, ਕਿਉਂਕਿ ਅੱਜ ਕੱਲ੍ਹ ਦੇ ਸਟੂਡੈਂਟਸ ਔਰ ਟਿਪੀਕਲ ਪੰਜਾਬੀ ਨਹੀਂ ਹੈ। ਜੇ ਕਿਸੇ ਲੜਕੀ ਨੂੰ ਪੁੱਛਦੇ ਹੈ ਵੀ ਤੂੰ ਪਾਣੀ ਕਹਿ, ਉਹ ਕਹਿੰਦੀ ਪਾਣੀ। ਸੋ ਇਸ ਕਿਸਮ ਦਾ ਹੈ ਵੀ ਕੋਸ਼ਿਸ਼ ਤਾਂ ਹੈਗੀ, ਹਲੇ ਵੀ ਬਹੁਤ ਸਬਜੈਕਟ ਨੇ ਐਸੇ ਜਿਹੜੇ ਮਾਈ ਮੋਨੋ ਔਰ ਪੋਸਟੀ ਲਈ ਅਸੀਂ ਰੱਖੇ ਹੋਏ ਨੇ, ਔਰ ਈਵਨ ਤੁਸੀਂ ਟਰਾਈ ਕਰੋ, ਤੁਸੀਂ ਵੀ ਬਣ ਸਕਦੇ ਹੋ ਮਾਈ ਮੋਨੋ ਜੀ, ਜ਼ਰੂਰ। ਪਰ ਨਾ ਜਦੋਂ ਤੁਸੀਂ ਕਹਿੰਦੇ, ਅਸੀਂ ਜੋ ਕੈਸਟਾਂ ਦੇ ਵਿੱਚ ਸੁਣਦੇ ਰਹੇ ਹਾਂ ਮਾਈ ਮੋਨੋ ਮਰ ਜਾਣਿਆ, ਉਹ ਗੱਲ ਹੀ ਕਿਸੇ ਤੋਂ ਨਹੀਂ ਬਣ ਸਕਦੀ, ਉਹ ਮਰ ਜਾਣਿਆ ਸਿਰਫ ਜਗਮੋਹਨ ਹੀ ਕਹਿ ਸਕਦਾ। ਵਾਹ, ਔਰ ਬਹੁਤ ਔਖਾ ਤਾਂ ਨਹੀਂ ਹੈ, ਇਹ ਕੁਦਰਤੀ ਇਲਾਕਾਈ ਬੋਲੀ ਹੁੰਦੀ ਹੈ ਆਪਣੇ। ਬਿਲਕੁਲ ਜੀ ਜੀ ਜੀ। ਸੋ ਦੇਖੋ, ਇਹ ਖੁਦਾ ਦੇ ਹੱਥ ਹੈ ਜੋ ਕੁਛ ਵੀ ਹੈ, ਪਰ ਫਿਰ ਵੀ ਮੈਂ ਟਰਾਈ ਕਰ ਰਿਹਾ ਵੀ ਕੁਛ ਨਾ ਕੋਈ ਮਾਈ ਮੋਨੋ ਦੇ ਹੋਰ ਬਹੁਤ ਨੇ, ਸਾਡੇ ਬਹੁਤ ਜ਼ਿਆਦਾ ਨੇ, ਤੁਹਾਡੇ ਕੋਲ ਤਾਂ ਸੁਣਨ ਬੜਾ ਘੱਟ ਮਿਲਿਆ ਹੋਣਾ। ਅੱਛਾ, ਹੋਰ ਮੇਰੇ ਲਾਇਕ ਦੱਸੋ ਕੀ ਖਿਦਮਤ ਹੈ। ਨਹੀਂ ਬਸ, ਆਪਾਂ ਗੱਲਾਂ ਬਾਤਾਂ ਇਉਂ ਕਰਨੀਆਂ ਜਿਵੇਂ ਘਰ ਦੇ ਵਿੱਚ ਬੈਠ ਕੇ ਕਰਦੇ ਹਾਂ, ਜਿਵੇਂ ਆਪਾਂ ਚੁੱਲ੍ਹੇ ਚੌਂਕੇ ਦੇ ਵਿੱਚ ਬੈਠ ਕੇ ਕਰਦੇ ਹਾਂ, ਜਿਵੇਂ ਕਮਰੇ ਦੇ ਵਿੱਚ ਬੈਠ ਕੇ ਕਰਦੇ ਹਾਂ, ਉਸੇ ਤਰੀਕੇ ਦੀਆਂ ਨਾ ਤਾਂ ਸਾਡੇ ਸਵਾਲ ਇਹੋ ਜਿਹੇ ਹੁੰਦੇ ਆ ਰਸਮੀ ਜੇ, ਉਹ ਬਸ ਉਦਾਂ ਹੀ ਜਿਵੇਂ ਬਸ ਗੱਲਾਂ ਚੱਲੀ ਜਾਣੀਆਂ। ਕੁਲਦੀਪ ਸਿੰਘ ਤੋਂ ਕੇ ਦੀਪ ਤੱਕ ਦਾ ਸਫ਼ਰ ਕਿਵੇਂ ਤੈਅ ਹੋ ਗਿਆ? ਵਾਹ, ਕੁਲਦੀਪ ਸਿੰਘ ਤਾਂ ਜਦੋਂ ਮੈਂ ਜੰਮਿਆ, ਜੰਮਣ ਦਾ ਮਤਲਬ ਇਹ ਨਹੀਂ ਮੈਂ ਬਰਫ਼ ਸੀ, ਆਈ ਵਾਸ ਬੋਰਨ ਇਨ ਰੰਗੂਨ ਬਰਮਾ। ਅੱਛਾ ਜੀ, ਮੇਰੀ ਪੈਦਾਇਸ਼ ਬਰਮਾ ਦੀ ਹੈ ਜੀ। ਬੜਾ ਖੂਬਸੂਰਤ ਮੁਲਕ ਹੈ ਜੀ, ਸਪੈਸ਼ਲੀ ਇਹ ਉਹੀ ਰੰਗੂਨ ਆ, ਮੇਰੇ ਪੀਆ ਗਏ ਰੰਗੂਨ ਵਹਾਂ ਸੇ ਕੀਆ ਹੈ ਵਹਾਂ ਸੇ ਟੈਲੀਫੋਨ ਤੁਹਾਰੀ ਯਾਦ ਸਤਾਤੀ। ਐਗਜ਼ੈਕਟਲੀ, ਸਾਡਾ ਵੀ ਗੀਤ ਸੀ ਮੇਰੇ ਤੇ ਜਗਮੋਹਨ ਦਾ, ਖੇਤੋਂ ਘਰ ਨੂੰ ਲੋਆ ਦੇ ਟੈਲੀਫੋਨ ਹਾਣੀਆਂ। ਪਰ ਜਿਹੜਾ ਰੰਗੂਨ ਹੈ, ਅੱਜ ਕੱਲ੍ਹ ਲੋਕਾਂ ਨੂੰ ਨਹੀਂ ਪਤਾ, ਰੰਗੂਨ ਤੱਕ ਟ੍ਰੇਨ ਪਹੁੰਚ ਚੁੱਕੀ ਹੈ, ਰਾਈਟ ਫਰੋਮ ਨੇਪਾਲ ਤੋਂ ਔਨਵਰਡਸ ਸਿੱਧਾ ਰੰਗੂਨ। ਕਿਆ ਬਾਤ, ਤੁਹਾਨੂੰ ਮੌਕਾ ਮਿਲੇ ਮੇਰੇ ਨਾਲ ਬੇਸ਼ੱਕ ਤੁਸੀਂ ਚੱਲ ਸਕਦੇ ਹੋ, ਰੰਗੂਨ ਆਪਣੀ ਜਗ੍ਹਾ ਹੈ, ਲੇਕਿਨ ਹੈ ਕਮਾਲ। ਕਿਆ ਬਾਤ ਹੈ। ਕੁਲਦੀਪ ਸਿੰਘ ਤੋਂ ਕੇਦੀਪ, ਕੇਦੀਪ ਕੁਲਦੀਪ ਤਾਂ ਫਿਰ ਤੁਹਾਨੂੰ ਪਤਾ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ, ਇਹ ਸਾਡੀ ਪ੍ਰਥਾ ਹੈਗੀ ਹੈ ਬਣੀ ਹੋਈ ਹੈ ਆਲਮੋਸਟ, ਜਦੋਂ ਬੱਚੇ ਦਾ ਕਿਸੇ ਦਾ ਨਾਮ ਰੱਖਿਆ ਜਾਂਦਾ ਹੈ। ਮੇਰੀ ਵਾਰੀ ਕੱਕਾ ਨਿਕਲਿਆ ਹੋਣਾ, ਹਾਂ ਸ਼ੁਕਰ ਹੈ ਖੱਖਾ ਨਹੀਂ ਨਿਕਲਿਆ। ਅੱਛਾ ਜੀ, ਖੁਸ਼ਦੀਪ ਹੋਣਾ ਸੀ, ਉਹ ਵੀ ਅੱਛਾ ਹੋਣਾ ਸੀ ਜੀ। ਬਸ ਫਿਰ ਕੱਕਾ ਨਿਕਲਿਆ ਤਾਂ ਕੁਲਦੀਪ ਬਣ ਗਿਆ। ਮੈਂ ਮੇਰੇ ਜਦੋਂ ਮੈਂ ਸਕੂਲ ਟਾਈਮ ਤੋਂ ਹੀ ਬਹੁਤ ਇਮੀਜੀਏਟਲੀ ਨਹੀਂ ਕਹਿ ਸਕਦਾ, ਬਹੁਤ ਅੱਛਾ ਮੈਂ ਗਾਉਂਦਾ ਸੀਗਾ, ਸੈਟਰਡੇ ਨੂੰ ਜਾਂ ਉੱਦਾਂ ਸੁਣਦੇ ਆ ਸਭ ਨੂੰ, ਮਾਸਟਰਾਂ ਨੇ ਸਟੂਲ ਰੱਖ ਦੇਣਾ, ਹੈਡ ਮਾਸਟਰ ਸਾਹਿਬ ਸੀਗੇ ਸਾਡੇ, ਉਹ ਕਹਿੰਦੇ ਵੀ ਰਵੀ ਦੀਪ ਤੂੰ ਮਦਰਫੀ ਦਾ ਗੀਤ ਸੁਣਾ, ਉਹ ਦੁਨੀਆ ਕੀ ਰਖਵਾਲੇ ਵਗੈਰਾ ਵਗੈਰਾ। ਰਵੀ ਸਾਹਿਬ ਨੂੰ ਬਚਪਨ ਤੋਂ ਬਹੁਤ ਪਸੰਦ ਕੀਤਾ ਹੈ, ਔਰ ਬਾਅਦ 'ਚ ਜਦੋਂ ਸਾਡੀ ਜਗ੍ਹਾ ਮਿਲੀ ਬੰਬੇ, ਅਸੀਂ ਅਕਸਰ ਰਫੀ ਸਾਹਿਬ ਨੂੰ ਮਿਲਦੇ ਰਹੇ। ਰਫੀ ਸਾਹਿਬ ਦਾ ਪਿੰਡ ਹੈ ਅੰਮ੍ਰਿਤਸਰ ਦੇ ਨਾਲ ਹੀ, ਉੱਥੇ ਅਸੀਂ ਹਰ ਸਾਲ ਜਾਂਦੇ ਹਾਂ, ਉਹਨਾਂ ਦੀ ਬਰਸੀ ਮਨਾਉਂਦੇ ਹਾਂ। ਵੀ ਹੈਵ ਆਲ ਰਿਗਾਰਡ ਫਾਰ ਰਫੀ ਸਾਹਿਬ। ਰਫੀ ਸਾਹਿਬ ਇੰਨਾ ਚੁੱਪ ਰਹਿੰਦੇ ਸੀ, ਤੁਸੀਂ ਸੋਚ ਨਹੀਂ ਸਕਦੇ ਵੀ ਇਸ ਬੰਦੇ ਨੇ ਇੰਨਾ ਉੱਚੀ ਗਾਇਆ ਹੋਇਆ। ਸਾਰਾ ਦਿਨ ਤੁਸੀਂ ਉਹਨਾਂ ਨਾਲ ਬੈਠੇ ਰਹੋ, ਇੱਕ ਲਫ਼ਜ਼ ਨਹੀਂ ਸੀ ਬੋਲਦੇ। ਅੱਛਾ ਜੀ, ਜਗਮੋਹਨ ਹੋਣ ਦੀ ਆਦਤ ਸੀ ਬਹੁਤ ਜ਼ਰਾ ਠਾ ਠਾ ਠਾ, ਉਨੇ ਹੀ ਮਿਸਿਸ ਰਫੀ ਬਹੁਤ ਬੋਲਦੇ ਸੀਗੇ। ਅਸੀਂ ਇੱਦਾਂ ਬੈਠੇ ਘਰ ਦੇ ਵਿੱਚ, ਬਾਈਗੋਰ ਰਫੀ ਸਾਹਿਬ ਉਹ ਪਿਆਰ ਕਰਦੇ ਸਾਨੂੰ ਬਹੁਤ ਜ਼ਿਆਦਾ, ਇੰਨਾ ਹੌਲੀ ਤੁਸੀਂ ਸੋਚ ਨਹੀਂ ਸਕਦੇ।
अच्छा फिर चकमोर एक दिन तंग आके ना वो कहती भैन जी कहती हाँ बताओ क्या है, तो वो कहते भी ये सारा दिन कहते हाँ इनका तो खुदा वही है, उसे तान पर से कहते इनका तो सब कुछ वही है। जगमोर उन्होंने कहते वो तो ठीक है म्यूजिक इन्हों की दुनिया है, पर फिर भी माड़ा मोटा तो बोलना चाहता। एक बार सू इंटरव्यू करा देख का मौका मिले रवि साहब से, जगमोहन वाज उन्होंने अपनी टाइप सी ठा 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 सी मैं शर्म आती है वैसे ऐसे लफ्ज बोलते हैं। एक बार एक इंटरव्यू सी आप ना केदीप साहब गल्लां बातां का सिलसिला जारी रखा हाजिर है जज का विचार। पर मेरा सवाल जी उत्थे दा उत्थे ही है कि कुलदीप सिंह तो घर दे नां रखता कक्का निकलिया आ, के दीप की ने बनाता ये आप मुहारे बन गए जां किसी दोस्त ने जां किसी संगीतकार ने ये नां की ने धरता नां दित्ता किने दित्ता? हाँ इट्स अ वेरी गुड क्वेश्चन। बॉम्बे मैं अक्सर जांदा सी पहलां तों फिल्मां दे विच गाना कॉमेडी रोल करने छोटे या वड्डे प्रोग्राम दे सिलसिले जांदे सी सब नूं मिलदे सी। रफी साहब है जिस तरह सारे फिल्म स्टार्स नूं असीं मिलदे सी, गायक कलाकार तो मिलते ही है। एक क्वात्रा आर्ट प्रोडक्शन हुई है जिन्हां क्वात्रियां ने ही सारियां पंजाबी फिल्मां लच्छी मुंदरी सुंदरी जो भी फिल्मां बनाईयां क्वात्रा आर्ट प्रोडक्शन ने बनाईयां जी, उन्हां चो एक तो सिनेमाटोग्राफर सी एच एस क्वात्रा मेरे बहुत क्लोज हो गए सी हौली हौली, और एक म्यूजिक डायरेक्टर सी वो सी सरदुल क्वात्रा। हुण तक जिन्नियां अच्छियां धुनां तुसीं सुनियां होणगियां पंजाबी दे विच सरदुल क्वात्रा दी ही ने। सो वो एक दिन क्वात्रा साहब मैनूं कहिंदे उहनां दा भरा सी अमर क्वात्रा, मैनूं कहिंदा यार तुसीं परसों बहुत शानदार गाया गुरद्वारे च। मैं कहा हाँ उत्थे गुरप्रीत सिंह मैं उत्थे गाया। कहिंदा परसों एक फंक्शन दे विच तुसीं गए उत्थे कहिंदा क्लब सीगा उत्थे तुसीं गज़ल गाई सी पर लगदा सी मैं कोई रागी गा रहा हुंदा। मैं कहो किवें? ਕਹਿੰਦਾ ਉਹ ਕਹਿੰਦੀ ਹੁਣ ਕੁਲਦੀਪ ਸਿੰਘ ਤੁਹਾਡੇ ਸਾਹਮਣੇ ਇੱਕ ਗੀਤ ਗਾਉਣਗੇ। ਅੱਛਾ ਮੈਂ ਕਿਹਾ ਯਾਰ ਸਿੰਘ ਤਾਂ ਵਰਲਡ ਵਾਈਡ ਨੇ, ਬਿਲਕੁਲ ਸਿੰਘਾਂ ਦੇ ਨਾਂ 'ਤੇ ਤਾਂ ਅਸੀਂ ਜਿਉਂਦੇ ਹਾਂ। ਕਹਿੰਦਾ ਨਹੀਂ ਇਹ ਮੈਂ ਤੁਹਾਨੂੰ ਨਾਂ ਦੱਸਦਾ ਜਿਹੜਾ ਅੱਛਾ ਰਹੇਗਾ ਇਸ ਤੋਂ ਵੀ। ਮੈਂ ਕਿਹਾ ਮੇਰੇ ਘਰਦਿਆਂ ਨੇ ਨਹੀਂ ਮੰਨਣਾ ਜਿਹਨਾਂ ਨੇ ਨਾਂ ਰੱਖਿਆ। ਕਹਿੰਦਾ ਨਹੀਂ ਸਭ ਮੰਨਣਗੇ। ਕਹਿੰਦਾ ਤੁਸੀਂ ਕੁਲਦੀਪ ਸਿੰਘ ਦੀ ਬਜਾਏ ਤੁਸੀਂ ਲਿਖੋ ਕੇ ਦੀਪ। ਵਾਹ। ਮੈਂ ਬੜਾ ਸੋਚਿਆ, ਮੈਂ ਕਿਹਾ ਯਾਰ ਕੇ ਦੀਪ ਗੱਲ ਕੀ ਬਣੀ। ਫਿਰ ਐਚ ਐਮ ਵੀ ਨੂੰ ਮੈਂ ਟੈਲੀਗ੍ਰਾਮ ਫੋਮ ਭੇਜੇ ਹੋਰ ਵੀ ਜੋ ਕੁਛ ਵੀ ਹੈ, ਅਤੇ ਜ਼ਹੀਰ ਸਾਹਿਬ ਸਾਡੇ ਇੰਚਾਰਜ ਸੀ ਐਚ ਐਮ ਵੀ ਦੇ, ਕਹਿੰਦੇ ਬਈ ਇਹ ਕਿਆ ਆਇਆ ਅਭੀ ਤਾਂ 3 ਰਿਕਾਰਡ ਆਏ ਹੈ ਅਭੀ ਨਾਮ ਬਦਲਣੇ ਲੱਗੇ ਹੋ। ਮੈਂ ਕੁਛ ਦੋਸਤੋ ਕਿ ਮੈਂ ਕਿਹਾ ਉਹ ਕੁਆਤਰਾ ਆਰਟ ਪ੍ਰੋਡਕਸ਼ਨ ਨਾ ਪੰਜਾਬੀ ਕੇ ਟੋਪ, ਮੈਂ ਕਿਹਾ ਉਨਕੀ ਖੁਆਇਸ਼ ਹੈ ਕਿ ਮੈਂ ਕੇ ਦੀਪ ਨਾਮ ਰੱਖੂੰ। ਕਹਿੰਦੇ ਬੜਾ ਅੱਛਾ ਹੈ ਤੋ ਕੇ ਦੀਪ ਰੱਖ ਲੈਤੇ ਹੈ। ਅੱਛਾ ਉਦੋਂ ਤੋਂ ਫਿਰ ਮੈਂ ਕੇ ਦੀਪ ਬਣ ਗਿਆ। ਹੁਣ ਇਹ ਦੱਸੋ ਵੀ ਤੁਸੀਂ ਤਾਂ ਵੈਸੇ ਪੇਸ਼ੇ ਵਜੋਂ ਇੰਜੀਨੀਅਰ ਬਣਨਾ ਚਾਹੁੰਦੇ ਸੀ? ਯੈਸ। ਇੰਜੀਨੀਅਰਿੰਗ ਕੀਤੀ ਵੀ ਤੁਸੀਂ? ਮੈਂ ਕੀਤੀ ਵੀ ਤੁਸੀਂ? ਗਾਇਕ ਹੀ ਬਣਨਾ ਚਾਹੁੰਦਾ ਸੀ। ਤੁਸੀਂ ਉਹ ਕੀਤੀ ਪੜ੍ਹਾਈ ਤਾਂ ਉਹ ਕੀਤੀ, ਪਰ ਆਏ ਗਾਇਕੀ ਖੇਤਰ ਦੇ ਵੱਲ ਇੰਜੀਨੀਅਰਿੰਗ ਦੀ ਪੜ੍ਹਾਈ ਕਿਸੇ ਹੋਰ ਪਾਸੇ ਦੀ ਗਾਇਕੀ ਖੇਤਰ ਕਲਾ ਖੇਤਰ ਹੋਰ ਪਾਸੇ, ਇਹ ਫਿਰ ਕਿਵੇਂ ਉੱਧਰ ਮੋੜ ਕੱਟ ਲਿਆ? ਇੰਜੀਨੀਅਰਸ ਆਰ ਵੈਰੀ ਖੁਸ਼ਕ। ਮੈਂ ਆਈ ਵਾਸ ਬੋਰਨ ਇਨ ਰੰਗੂਨ ਬਰਮਾ, ਮੇਰੇ ਫਾਦਰ ਮਿਲਟਰੀ ਸੀਗੇ ਔਰ ਸਾਡੇ ਮਦਰ ਵੀ ਟੀਚਿੰਗ ਲਾਈਨ ਸੀਗੇ ਇੱਥੋਂ, ਸਾਡੇ ਬੇਜੀ ਜੀ ਅਸੀਂ ਬੇਜੀ ਕਹਿੰਦੇ ਹਾਂ ਮਦਰ ਨੂੰ, ਫਾਦਰ ਨੂੰ ਬਾਜੀ, ਹੁਣ ਤਾਂ ਉਹਨਾਂ ਦੋਨਾਂ 'ਚੋਂ ਕੋਈ ਨਹੀਂ ਹੈ। ਲੇਕਿਨ ਆਪਾਂ ਕੀ ਤੁਸੀਂ ਮੈਨੂੰ ਕੁਐਸਚਨ ਕੀ ਕੀਤਾ? ਤੁਹਾਨੂੰ ਕੀਤਾ ਜੀ ਕਿ ਤੁਸੀਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ, ਹਾਂ ਅੱਗੇ ਗਾਇਕੀ ਦੇ ਵੱਲ? ਹਾਂ, ਉਹ ਕਰਦੇ ਦੀ ਖੁਆਇਸ਼ ਹੁੰਦੀ ਹੈ ਨਾ, ਉਹ ਸਮਝਦੇ ਫਿਲਮ ਇੰਡਸਟਰੀ 'ਚ ਜਾਊਗਾ ਇਹ ਕੋਈ ਲੁੱਚੀ ਜਿਹੀ ਕਲਾਸ ਹੈ, ਐਵੇਂ ਬਜ਼ੁਰਗਾਂ ਦੀ ਸੋਚ ਹੁੰਦੀ ਹੈ। ਪਰ ਫਿਰ ਵੀ ਮਿਊਜ਼ਿਕ ਮਾਈਂਡਡ ਸੀਗੇ ਮੇਰੇ ਫਾਦਰ, ਭਾਈ ਛੈਲਾ ਪਟਿਆਲੇ ਵਾਲਾ ਸਭ ਤੋਂ ਪਹਿਲਾ ਸਿੰਗਰ ਜਿਹੜਾ ਹੋਇਆ ਵਰਲਡ ਦੇ ਵਿੱਚ ਇੰਡੀਅਨ, ਉਹਨਾਂ ਦੀ ਬਾਜੀ ਦੀ ਡੈਥ ਤੋਂ ਬਾਅਦ ਐਡੇ ਐਡੇ ਤਵੇ ਸਾਨੂੰ ਮਿਲੇ, ਲੱਕੜੀ ਦੀ ਖੁਸ਼ਬੂ ਹੀ ਸਾਨੂੰ ਯਾਦ ਹੈ। ਵਾਹ। ਉਹ ਬੜਾ ਘਰ ਦੇ ਵਿੱਚ ਮਿਊਜ਼ਿਕ ਸੀ ਐਸੀ ਨਹੀਂ ਗੱਲ। ਸੋ ਮੈਂ ਹੁਣ ਐਜ਼ ਏ ਕੇ ਦੀਪ ਹੀ ਤੁਹਾਡੇ ਸਾਹਮਣੇ ਬੈਠਾ। ਹਾਂ, ਪਰ ਨਹੀਂ ਤੁਸੀਂ ਗਾਇਕੀ ਦੇ ਵੱਲ ਮੋੜ ਕਿਵੇਂ ਕੱਟ ਲਿਆ? ਗਾਇਕ ਤਾਂ ਮੈਂ ਸੀਗਾ ਹੀ ਸਕੂਲ ਟਾਈਮ ਤੋਂ। ਮੈਂ ਇੰਜੀਨੀਅਰਿੰਗ ਕਿਉਂ ਕਰ ਲਈ? ਇੰਜੀਨੀਅਰਿੰਗ ਫਾਦਰ ਉਹ ਕਹਿੰਦੇ ਨੇ ਇਹਨੂੰ ਇੰਜੀਨੀਅਰਿੰਗ ਬਣਾਉਣਾ ਹੈ,
ਇਹਨੂੰ ਮਿਲਟਰੀ 'ਚ ਲੈ ਕੇ ਜਾਣਾ, ਇਹਨੂੰ ਪੁਲਿਸ ਦੇ ਵਿੱਚ ਆਈ ਜੀ ਬਣਾਉਣਾ ਵਗੈਰਾ ਵਗੈਰਾ। ਜਦੋਂ ਆਹਿਸਤਾ ਆਹਿਸਤਾ ਦੋ ਚਾਰ ਵਾਰ ਇੱਧਰ ਉੱਧਰ ਗਏ ਵੀ ਆਹ ਗੀਤ ਕੀਤਾ ਕੇਦੀਪ ਦਾ, ਕੇਦੀਪ ਦਾ ਉਹ ਫਿਲਮ ਦੇ ਵਿੱਚ ਕੇਦੀਪ ਦਾ ਵਗੈਰਾ ਵਗੈਰਾ, ਫਿਰ ਬਾਜੀ ਮਾਈ ਫਾਦਰ ਵਾਸ ਵੈਰੀ ਹੈਪੀ, ਫਿਰ ਉਹ ਵੀ ਖੁਸ਼ ਹੋਏ। ਫਿਰ ਪ੍ਰਵਾਨਗੀ ਮਿਲ ਗਈ। ਸ਼ੁਰੂਆਤ ਕੀਤੀ ਸੀ ਤੁਸੀਂ ਕਿਉਂਕਿ ਉਹ ਤਾਂ ਇੰਜੀਨੀਅਰ ਬਣਾਉਣਾ ਚਾਹੁੰਦੇ ਸੀ, ਤੁਹਾਨੂੰ ਪੜ੍ਹਾਈ ਵੀ ਕਰਾਈ ਹੈ ਨਾ, ਪਰ ਤੁਸੀਂ ਗਾਉਣਾ ਚਾਹੁੰਦੇ ਸੀ ਇਸ ਲਈ ਗਾਉਣਾ ਸ਼ੁਰੂ ਕੀਤਾ। ਸੋ ਜਦੋਂ ਸ਼ੁਰੂਆਤ ਕੀਤੀ ਗਾਇਕੀ ਦੀ ਤਾਂ ਉਸ ਵੇਲੇ ਉਹਨਾਂ ਨੇ ਤੁਹਾਡੇ ਉੱਪਰ ਜ਼ੋਰ ਨਹੀਂ ਪਾਇਆ ਵੀ ਨਹੀਂ ਇਹ ਕੰਮ ਨਹੀਂ ਕਰਨਾ, ਤੂੰ ਇੰਜੀਨੀਅਰ ਹੈ ਇੰਜੀਨੀਅਰ ਰਹਿ? ਨਹੀਂ, ਹੌਲੀ ਹੌਲੀ ਆਹਿਸਤਾ ਆਹਿਸਤਾ ਥੋੜ੍ਹਾ ਥੋੜ੍ਹਾ ਹੋਇਆ ਹੈ। ਕੁਛ ਨਾ ਕੁਛ ਕਈ ਗੀਤ ਐਸੇ ਸੀਗੇ ਤਾਂ ਮੇਰੇ ਫਾਦਰ ਜ਼ਿਆਦਾ ਖੁਸ਼ ਨਹੀਂ ਸੀਗੇ, ਕਹਿੰਦੇ ਭਾਈ ਸ਼ਾਲਾ ਪਟਿਆਲੇ ਵਾਲੇ ਨੇ ਕਿਆ ਗਾਇਆ ਵਗੈਰਾ ਵਗੈਰਾ। ਸੋ ਆਹਿਸਤਾ ਆਹਿਸਤਾ ਫਿਰ ਜਦੋਂ ਮਕਬੂਲ ਹੁੰਦਾ ਇਨਸਾਨ ਸਾਰੀ ਵਰਲਡ ਦੇ ਵਿੱਚ, ਜਦੋਂ ਕਹਿੰਦੇ ਹੈ ਇਸ ਮਿਸਟਰ ਕੇਦੀਪ ਦੇ ਫੋਨ ਦੇ ਵਿੱਚ ਕੋਈ ਪੁੱਛਦਾ ਤਾਂ ਖੁਸ਼ ਹੁੰਦੇ ਆ ਵੀ ਇਜ਼ ਪਾਪੂਲਰ। ਇੱਕ ਮਿੰਟ ਦੱਸੋ ਵੀ ਸਾਡੇ ਸਾਰੇ ਦਰਸ਼ਕ ਵੀ ਜਾਣਨਾ ਚਾਹੁੰਦੇ ਆ ਅਤੇ ਹੋਰ ਵੀ ਦੇਸ਼ ਦੁਨੀਆ ਦੇ ਵਿੱਚ ਬੈਠੇ ਜਿਹੜੇ ਸੰਗੀਤ ਪਿਆਰੇ ਆ ਉਹ ਵੀ, ਕਿ ਜਗਮੋਹਨ ਕੌਰ ਅਤੇ ਕੇਦੀਪ ਇੱਕ ਦੂਜੇ ਤੋਂ ਬਿਨਾਂ ਅਧੂਰੇ ਸੀ ਅਤੇ ਹਨ, ਕਿਉਂਕਿ ਕੇਦੀਪ ਹੋਰਾਂ ਦੀ ਪਛਾਣ ਜਗਮੋਹਨ ਕੌਰ ਜੀ ਕਰਕੇ, ਜਗਮੋਹਨ ਕੌਰ ਹੋਰਾਂ ਦੀ ਪਛਾਣ ਕੇਦੀਪ ਹੋਰਾਂ ਕਰਕੇ, ਇਹ ਤਾਲਮੇਲ ਕਿਵੇਂ ਹੋਇਆ, ਰਾਬਤਾ ਕਿਵੇਂ ਪਹਿਲੀ ਵਾਰ ਕਿਵੇਂ ਮਿਲੇ ਸੀ? ਅਰੇ ਕਹਾਂ ਲੈ ਗਏ ਆ ਮੁਝੇ, ਇਟਸ ਵੈਰੀ ਟੀਡੀਅਸ ਐਂਡ ਇਟਸ ਵੈਰੀ ਗੁੱਡ ਕੁਐਸਚਨ। ਔਰ ਮੇਰਾ ਨਾਮ ਆਲਰੇਡੀ ਪੰਜਾਬ ਦੇ ਵਿੱਚ ਸੀ ਕੁਛ ਪਰਸੈਂਟ, ਜਗਮੋਹਨ ਵਾਸ ਇਨ ਏ ਟੀਚਿੰਗ ਲਾਈਨ। ਅੱਛਾ, ਉਹ ਅਧਿਆਪਨ ਖੇਤਰ 'ਚ ਸੀ? ਹਾਂਜੀ, ਉਹਨਾਂ ਦੇ ਮਦਰ ਵੀ ਸ਼ੀ ਵਾਸ ਐਡਮਿਟਡ ਇਨ ਬੂਰ ਮਾਜਰਾ ਚੰਡੀਗੜ੍ਹ ਦੇ ਕੋਲ। ਹਾਂਜੀ ਹਾਂਜੀ, ਉਹ ਮੈਨੂੰ ਅਕਸਰ ਸੁਣਦੇ ਸੀ ਟੀ ਵੀ 'ਤੇ ਮੇਰੇ ਗੀਤ ਜਾਂ ਕੁਛ ਹੋਰ। ਉਹਨਾਂ ਦੇ ਮਾਤਾ ਜੀ ਦੋਨੇ ਸਾਰੀ ਫੈਮਿਲੀ ਮੇਰੇ ਫੈਨ ਸੀਗੇ। ਮੈਂ ਕਾਮੇਡੀ ਵੀ ਜਿਸ ਤਰ੍ਹਾਂ ਮਾਈਮੂ ਨੂੰ ਪੋਸਤੀ ਆ ਨਾ, ਉਦੋਂ ਮਾਈਮੂ ਨੂੰ ਤਾਂ ਕੋਈ ਨਹੀਂ ਸੀ ਬਣਿਆ, ਪੋਸਤੀ ਸੀ। ਵੈਸੇ ਮੈਂ ਕੁਛ ਨਾ ਕੁਛ ਕਰਦਾ ਰਹਿੰਦਾ ਹੁੰਦਾ ਸੀ, ਭਾਈ ਔਰ ਬਹਿਨੋ ਤੋਂ ਲੀਜੀਏ ਕੁਛ ਨਾ ਕੁਛ ਹੁੰਦਾ ਰਹਿੰਦਾ ਸੀ। ਔਰ ਫਿਰ ਜਦੋਂ ਜ਼ਿਆਦਾ ਮਕਬੂਲ ਹੋਣ ਲੱਗੇ, ਕਈਆਂ ਨੇ ਮੈਨੂੰ ਕਹਿਣਾ ਯਾਰ ਤੂੰ ਵੀ ਨਾਲ ਕੋਈ ਫੀਮੇਲ ਵੋਇਸ ਰੱਖ। ਪੰਜਾਬ ਦੇ ਸਭ ਤੋਂ ਨਿਹਾਇਤ ਅੱਛੇ ਔਰ ਪਰਸਨੈਲਿਟੀ ਵਾਈਜ਼ ਔਰ ਆਪਣੇ ਲਿਆਕਤ ਵਾਈਜ਼ ਕੁੰਵਰ ਮਹਿੰਦਰ ਸਿੰਘ ਬੇਦੀ ਦਾ ਨਾਂ ਸੁਣਿਆ, ਬਿਲਕੁਲ ਵਰਲਡ ਵਾਈਡ ਉਹਨਾਂ ਦਾ ਨਾਂ ਸੀ, ਉਹ ਮੈਨੂੰ ਬੜਾ ਪਿਆਰ ਕਰਦੇ ਸੀ। ਮੈਨੂੰ ਆ ਕੇ ਕਹਿੰਦੇ ਦੀਪ, ਮੈਂ ਕਿਹਾ ਜੀ, ਉਹ ਯਾਰ ਇਸ ਤਰ੍ਹਾਂ ਹੈ ਕਿ ਕੈਲਕਟਾ ਇੱਕ ਬਹੁਤ ਵੱਡਾ ਸ਼ੋਅ ਹੋਣ ਜਾ ਰਿਹਾ। ਮੈਂ ਕੈਲਕਟਾ ਮੈਂ ਬਹੁਤ ਵਾਰੀ ਕਹਿੰਦਾ ਨਹੀਂ ਤੁਸੀਂ ਤਾਂ ਜਾਇਆ ਨਾ ਉਹ ਟੈਕਸੀ ਵਾਲਿਆਂ ਕੋਲ ਜਾਂ ਪਿੰਡਾਂ ਵਾਲੇ ਉੱਥੇ ਬਹੁਤ ਰਹਿੰਦੇ ਆ। ਮੈਂ ਕਿਹਾ ਨਹੀਂ ਸਾਰਾ ਜਾਣ ਸੁਣਦਾ, ਗਜ਼ਲ ਵੀ ਅਸੀਂ ਗਾਉਂਦੇ ਹਾਂ ਖੂਬ। ਕਹਿੰਦੇ ਉਹ ਅਲੱਗ ਗੱਲ ਹੈ, ਪਰ ਉੱਥੇ ਮੈਂ ਸੁਣਿਆ ਇੱਕ ਲੜਕੀ ਬੜੀ ਅੱਛੀ ਹੈ ਜਗਮੋਹਨ ਕੌਰ ਟੀਚਿੰਗ ਲਾਈਨ 'ਚ ਹੈ, ਔਰ ਇੱਥੇ ਜਦੋਂ ਰਾਸ਼ਟਰਪਤੀ ਸਾਹਿਬ ਆਏ ਸੀ ਜਗਮੋਹਨ ਨੇ ਬੁਲਾਇਆ ਸੀ ਸਾਰੇ ਸਕੂਲਾਂ 'ਚੋਂ, ਉਹ ਵੀ ਉੱਥੇ ਜਾ ਰਹੀ ਹੈ ਵੀ ਤੁਸੀਂ ਉੱਥੇ ਜਾਓ। ਮੈਂ ਕਿਹਾ ਮੈਂ ਜਗਮੋਹਨ ਕਰਕੇ ਜਾਣਾ? ਕਹਿੰਦੇ ਨਹੀਂ ਵੈਸੇ ਹੀ ਮਿਲੋ ਪਤਾ ਲੱਗਦਾ। ਮੈਂ ਜੀ ਉੱਥੇ ਗਿਆ, ਫਿਰ ਬੇ ਜੀ ਨੂੰ ਕਿਹਾ, ਮੈਂ ਕਿਹਾ ਮੈਂ ਜਾਣਾ। ਕਹਿੰਦੇ ਨਹੀਂ ਉਹ ਤਾਂ ਬੜੀ ਦੂਰ ਹੈ, ਤੂੰ ਕਿੱਥੇ ਜਾਏਗਾ? ਇੱਥੋਂ ਫਲਾਇੰਗ ਐਕਸਪ੍ਰੈਸ ਜਾਂਦੀ ਸੀ ਟ੍ਰੇਨ, ਨੋਟ ਏਅਰਕ੍ਰਾਫਟ, ਬਾਈ ਟ੍ਰੇਨ। ਅੱਛਾ, ਉੱਥੋਂ ਦਿੱਲੀਓਂ ਚੇਂਜ ਹੋ ਕੇ ਸਾਡੇ ਕੈਲਕਟਾ ਜਦੋਂ ਮੈਂ ਗਿਆ, ਉੱਥੋਂ ਦਾ ਬੜਾ ਰੌਣਕ ਮੇਲਾ, ਜਿਸ ਜਗ੍ਹਾ 'ਤੇ ਫੰਕਸ਼ਨ ਹੋਣ ਜਾ ਰਿਹਾ ਸੀ ਉਹਦਾ ਨਾਂ ਸੀ ਮਹਾਜਤੀ ਸਦਨ ਹਾਲ। ਮਹਾਜਤੀ ਸਦਨ ਹਾਲ, ਡੂ ਯੂ ਨੋ ਅਬਾਊਟ ਮਹਾਜਤੀ? ਨਹੀਂ ਜੀ। ਇਹ ਲੇਟ ਸੁਭਾਸ਼ ਚੰਦਰ ਬੋਸ ਉਹਨਾਂ ਦਾ ਘਰ ਸੀ ਆਪਣਾ। ਮੈਂ ਜਿਹਨੂੰ ਪੁੱਛਿਆ ਕਰਦਾ ਉਹ ਯਾ ਮਹਾਜਤੀ ਸਦਨ, ਉਹ ਯਾ ਯਾ, ਆਪਣੇ ਮੁੰਡੇ ਵੀ ਸਾਰੇ ਜਾਣਦੇ ਸੀਗੇ। ਅੱਛਾ, ਟੈਕਸੀ ਡਰਾਈਵਰ ਬਹੁਤ ਸੀ, ਮੈਨੂੰ ਲੈ ਗਏ ਬਾਹਰ, ਆਪਣੇ ਮੁੰਡੇ ਮੁੜਾਸਾ ਮਾਰਿਆ ਕੋਈ ਇੱਧਰ ਨੂੰ ਕੋਈ ਉੱਧਰ ਨੂੰ, ਅੱਧ ਪਚਾਦ ਮੈਨੂੰ ਜਾਣਦੇ ਸੀ। ਕਹਿੰਦੇ ਯਾਰ ਇਹ ਤਾਂ ਕੇਦੀਪ ਨਹੀਂ ਲੱਗਦਾ ਸਾਡੇ ਕਾਲਜ 'ਚ ਆਇਆ ਸੀ। ਹੌਲੀ 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 ਉਹਨਾਂ ਦਾ ਸ਼ੋਅ ਬਿਖਰ ਚੁੱਕਿਆ ਸੀ। ਅੱਛਾ, ਇਫੈਕਟ ਹੈ। ਮੈਂ ਗਿਆ ਕੋਈ ਐਰੋ ਡੱਠੇ, ਕੋਈ ਐਰੋ ਡੱਠੇ। ਦੇਰ ਵਾਜ਼ ਵਨ ਆਰਟਿਸਟ ਯੂ ਮਾਈਟ ਹੈਵ ਹਰਡ, ਸ਼ੀ ਵਾਜ਼ ਕੁਆਇਟ ਪਾਪੂਲਰ, ਨਰਿੰਦਰ ਬੀਬਾ, ਸ਼ੀ ਵਾਜ਼ ਵੈਰੀ ਗੁੱਡ ਔਨ ਦੋਜ਼ ਇਨ ਦੋਜ਼ ਡੇਜ਼। ਅਤੇ ਉੱਥੇ ਉਹ ਵੀ ਮੈਂ ਦੇਖੇ, ਉਹ ਮੈਨੂੰ ਜਾਣਦੇ ਸੀ ਵੀ ਇਹ ਮੁੰਡਾ ਕਾਲਜ ਸਕੂਲ 'ਚ ਆਉਂਦਾ ਹੈ, ਉਹਦਾ ਹਸਬੈਂਡ ਵੀ। ਸ਼ੋਅ ਬਿਖਰਿਆ ਹੋਇਆ ਸੀ। ਮੈਂ ਕਿਹਾ ਯਾਰ ਇੱਥੇ ਤਾਂ ਕੋਈ ਲੈਣ ਵਾਲਾ ਰਿਸੀਵ ਕਰਨ ਵਾਲਾ ਬੰਦਾ ਹੀ ਨਹੀਂ ਹੈ। ਮੈਂ ਕਿਹਾ ਮੈਂ ਜਾ ਕੇ ਅੰਦਰ ਹਾਲ 'ਚ ਬੈਠ ਗਿਆ, ਲੱਤ ਲੱਤ ਰੱਖ ਕੇ। ਇੱਕ ਬੰਦਾ ਅਲਗੋਸੇ ਵਜਾਉਂਦਾ ਸੀ ਬੀਬਾ ਹੋਣਾ ਦੇ ਨਾਲ, ਉਹ ਤਾਂ ਬੀਬਾ ਦਾ ਹਸਬੈਂਡ ਟੋਰਚ ਲੈ ਕੇ ਨਾ
ਕਿਸੇ ਨੇ ਦੱਸਿਆ ਵੀ ਦੀਪ ਆਇਆ ਸੀ, ਆਪ ਦੇਖਿਆ। ਉਹ ਲੱਭਣ ਲੱਗੇ, ਇੱਕ ਬੰਦੇ ਨੇ ਮੈਂ ਇੱਧਰ ਚੱਕ ਰਿਹਾ, ਇੱਥੇ ਬੜਾ ਕਹਿੰਦਾ ਆ ਬੈਠ। ਮੈਂ ਕਿਹਾ ਕੌਣ ਉਹ? ਚੋ ਮੈਂ ਕਿਹਾ ਤੁਸੀਂ ਭਾਅ ਜੀ। ਕਹਿੰਦਾ ਅੰਦਰ ਆਓ। ਕਹਿੰਦੇ ਯਾਰ ਸ਼ੋਅ ਫੋੜੋ, ਇਹ ਕੀ ਹੋ ਗਿਆ, ਕੰਮ ਬੜਾ ਖਰਾਬ। ਉੱਥੇ ਫਿਰ ਮੈਂ ਕੁਛ ਆਈਟਮਸ ਦਿੱਤੀਆਂ, ਮੁਹੰਮਦ ਰਫੀ ਕਿੱਸਾ ਗਾਉਂਦੇ ਸੀ, ਲਤਾ ਜੀ ਕਿੱਸਾ ਗਾਉਂਦੇ ਸੀਗੇ, ਹੋਰ ਵਗੈਰਾ ਵਗੈਰਾ ਵਗੈਰਾ। ਉਸ ਤੋਂ ਬਾਅਦ ਫਿਰ ਥੋੜ੍ਹਾ ਜਿਹਾ ਗੈਪ ਸੀ, ਅੰਦਰ ਮੈਂ ਗਿਆ ਜਿੱਥੇ ਮੇਕਅਪ ਰੂਮ, ਉੱਥੇ ਕੁੜੀਆਂ ਆਪਣਾ ਸਾਜ਼ ਬਾਜ਼ ਕੁਛ ਕਰ ਰਹੀਆਂ ਸੀ। ਉੱਥੇ ਮੈਂ ਜੁਗਮਾਂ ਨੂੰ ਦੇਖਿਆ, ਜੁਗਮਾਂ ਕਹਿੰਦੇ ਤੁਹਾਡੀ ਆਵਾਜ਼ ਬੜੀ ਅੱਛੀ ਸੀ ਭਾਈ ਜੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ। ਕਹਿੰਦੇ ਵੀ ਮੇਰੇ ਮੇਰੇ ਘਰਦਿਆਂ ਨੇ ਮੇਰੀ ਇੰਗੇਜਮੈਂਟ ਇੱਕ ਮਿਲਟਰੀ ਦੇ ਕੈਪਟਨ ਕੈਪਟਨ ਲੈਫਟੀਨੈਂਟ ਸੀ ਉਸ ਵੇਲੇ, ਉਹ ਵੀ ਉਹੀ ਵਾਜ਼ ਆਲਸੋ ਮਾਈ ਕਲਾਸ ਵੈਲੋ। ਅੱਛਾ ਜੀ। ਪੱਖੋਵਾਲ ਦਾ ਹੀ ਸੀ ਉਹ ਜਿੱਥੇ ਆਪਾਂ ਬੈਠੇ ਹਾਂ, ਦਿਲਜੀਤ ਉਹਦਾ ਨਾਂ ਸੀ। ਅੱਛਾ ਜੀ। ਕਹਿੰਦੇ ਐਸਾ ਐਸਾ, ਮੈਂ ਕਿਹਾ ਅੱਛਾ ਮਿਲਟਰੀ, ਸਾਡੀ ਸਾਰੀ ਫੈਮਿਲੀ ਮਿਲਟਰੀ ਦੀ ਹੈ। ਕਹਿੰਦੇ ਨਹੀਂ ਹੁਣ ਤੁਸੀਂ ਕੀ ਦੇ ਰਹੇ ਹੋ, ਪੇਸ਼ ਕਰ ਰਹੇ ਹੋ? ਮੈਂ ਐਵੇਂ ਵੀ ਕਦੇ ਕਰੂੰਗਾ ਕੁਛ ਕਾਪੀਜ਼ ਆਫ ਫਿਲਮ ਸਟਾਰ, ਉਹ ਗੀਤ ਸੁਣਾਵਾਂਗਾ ਮੈਂ। ਬਸ ਉੱਥੇ ਫਿਰ ਸਾਡੀ ਮੁਲਾਕਾਤ ਹੋਈ, ਫਸਟ ਮੁਲਾਕਾਤ ਹੋਈ, ਪਹਿਲੀ ਵਾਰ ਉੱਥੇ ਹੀ ਮੁਲਾਕਾਤ। ਇੱਕ ਦੂਸਰੇ ਵਗਰ ਝੱਕ ਮੱਕਾ ਜਿਹਾ ਤਾਂ ਰਿਹਾ ਸਾਡਾ, ਅਤੇ ਮੈਂ ਉਹਨਾਂ ਨੂੰ ਪੁੱਛਿਆ, ਕਹਿੰਦੇ ਮੇਰੀ ਇੰਗੇਜਮੈਂਟ ਹੋ ਚੁੱਕੀ ਹੈ ਦਲਜੀਤ ਨਾਲ, ਅਤੇ ਮੈਨੂੰ ਮਿਲਟਰੀ ਵਾਲੇ ਬਿਲਕੁਲ ਪਸੰਦ ਨਹੀਂ, ਮੈਨੂੰ ਤੁਹਾਡੀ ਆਵਾਜ਼ ਬੜੀ ਪਸੰਦ ਆਈ ਹੈ। ਉਹਦੀ ਬੀਬੀ ਕਹਿੰਦੀ ਚੱਲ ਬਹੁਤੀਆਂ ਨਾ ਮਾਰ ਤੂੰ, ਤੈਨੂੰ ਪਤਾ ਇਸ ਹਾਲ ਦੇ ਵਿੱਚ ਅੱਧੇ ਬੰਦੇ ਪਿੰਡ ਵਾਲੇ ਆਏ ਹੋਏ ਹੈ, ਮੁੰਡੇ ਦੇ ਪਿੰਡ ਅਤੇ ਆਪਣੇ ਪਿੰਡ ਤੋਂ ਵੀ, ਸਾਰੇ ਟੈਕਸੀਆਂ ਚਲਾਉਂਦੇ ਹੈ, ਇਹੋ ਜਿਹੀ ਗੱਲ ਨਾ ਕਰ, ਰਿਸ਼ਤਾ ਟੁੱਟ ਜਾਊਗਾ। ਅੱਛਾ। ਉਹ ਕਹਿੰਦੇ ਮੰਮੀ ਰਿਸ਼ਤੇ ਰਿਸ਼ਤੇ ਨਹੀਂ ਟੁੱਟਦੇ ਹੁੰਦੇ ਜਿਹੜੇ ਇੱਕ ਵਾਰੀ ਹੋਣ। ਕਹਿੰਦੇ ਨਹੀਂ ਮੈਨੂੰ ਇਹ ਪਸੰਦ ਨਹੀਂ ਗਾ। ਫਿਰ ਮੈਂ ਗਾਇਆ ਉੱਥੇ ਇੱਕ ਆਈਟਮ ਹੋਰ ਇੱਕ ਹੋਰ, ਸਾਰੇ ਬੰਦੇ ਜਗਮੋਹ ਦੇ ਮਗਰ, ਹਜ਼ਾਰੇ ਸੈਂਕੜੇ, ਗੱਡੀ ਜਦ ਚੱਲੀ ਅਤੇ ਉਹਦੇ ਮਗਰ ਨੱਠੇ ਛੱਡਣ ਆਇਆ ਕੋਈ ਕੁਛ ਕੋਈ ਕੁਛ, ਮੈਂ ਵੀ ਵਿੱਚੋਂ ਸੀ, ਮੈਂ ਥੋੜ੍ਹਾ ਸ਼ਰਮੀਲਾ ਜਿਹਾ ਸੀ, ਮੈਂ ਚੁੱਪ ਕਰਕੇ ਖੜਾ ਰਿਹਾ। ਜਗਮੋਹਨ ਮੇਰੇ ਵੱਲ ਚੱਕ ਕੇ ਉਹਨੇ ਕਾਗਜ਼ ਸੁੱਟਿਆ, ਮੈਂ ਦੱਬ ਲਿਆ। ਅੱਛਾ। ਮੈਂ ਉਸਦਾ ਦੱਬਿਆ। ਵਾਹ। ਉਹ ਸਾਰੇ ਇੱਕ ਦੋ ਬੰਦੇ ਹੋਰ ਮੇਰੇ ਵੱਲ ਚੱਕ, ਕਹਿੰਦੇ ਕੋਈ ਗੱਲ ਹੋ ਰਹੀ ਹੈ? ਮੈਂ ਕਹਿੰਦਾ ਨਹੀਂ ਕੋਈ ਨਹੀਂ, ਸਭ ਗਏ ਜਾਂ ਮੈਂ ਚੱਕਿਆ। ਤਾਂ ਉਹਦੇ ਸਿਰਫ ਇੰਨਾ ਲਿਖਿਆ, ਜੇ ਕੌਰ 21-20-1173, ਜੇ ਕੌਰ 21-20-1173, ਚੰਡੀਗੜ੍ਹ, ਚੰਡੀਗੜ੍ਹ। ਮਾਫ ਕਰਨਾ ਮੇਰਾ ਹੋਰ ਸਵਾਲ ਇਹਦੇ ਚ ਵੀ, ਇਹ ਕਿਹੜੇ ਵਰੇ ਦੀ ਗੱਲ ਹੋਊਗੀ ਅੰਦਾਜ਼ਾ? ਹਾਏ ਹਾਏ ਹਾਏ, ਵਰਾ ਦੱਸਿਆ ਤਾਂ ਮੇਰੀ ਉਮਰ ਦਾ ਪਤਾ ਲੱਗ ਜੇ। ਨਹੀਂ ਆਪਾਂ ਇਹਨੂੰ ਦੱਬ ਕੇ ਲਵਾਂਗੇ। ਅੰਦਾਜ਼ਾ? ਮੈਨੂੰ ਅੰਦਾਜ਼ਾ ਰੀਅਲੀ ਆਈ ਕਾਂਟ ਕੁਲੈਕਟ ਯੂ ਨਾਓ, ਪਰ ਫਿਰ ਵੀ ਮੈਂ ਦੱਸ ਦੂੰਗਾ ਵਿੱਚ ਦੀ ਕੋਈ ਮੈਨੂੰ ਯਾਦ ਆਇਆ। ਬਸ ਫਿਰ ਉਹ ਮੁਲਾਕਾਤ ਸੀ ਸਾਡੀ। ਅੱਛਾ। ਉਸ ਤੋਂ ਬਾਅਦ ਪਹਿਲੀ ਵਾਰ ਕਿੱਥੇ ਮਿਲੇ? ਉਸ ਤੋਂ ਬਾਅਦ ਫਿਰ ਮੈਂ ਯੂਨੀਵਰਸਿਟੀਜ਼ ਦੇ ਵਿੱਚ, ਆਈ ਵਾਜ਼ ਵੈਰੀ ਪਾਪੂਲਰ, ਜਿਵੇਂ ਲੁਧਿਆਣੇ ਐਗਰੀਕਲਚਰ ਯੂਨੀਵਰਸਿਟੀ ਹੈ, ਕੋਈ ਐਸਾ ਸ਼ੋਅ ਨਹੀਂ ਸੀ ਜਿੱਥੇ ਮੈਨੂੰ ਨਾ ਬੁਲਾਉਣ, ਨਾ ਬੁਲਾਉਣ ਤਾਂ ਰੌਲਾ ਪੈਂਦਾ ਸੀ, ਕੌਲ ਕੇ ਦੀਪ ਵਗੈਰਾ ਵਗੈਰਾ ਵਗੈਰਾ। ਉੱਥੇ ਦੇ ਵਾਈਸ ਚਾਂਸਲਰ ਸੀ ਮਿਸਟਰ ਰੰਧਾਵਾ, ਵਾਜ਼ ਅ ਗ੍ਰੇਟ ਪਰਸਨ ਯੂ ਨੋ। ਉਹ ਜਗਮੋਹਨ ਨੂੰ ਵੀ ਪਸੰਦ ਕਰਦੇ ਸੀ, ਵੀ ਕਿਸੇ ਕਾਲਜ 'ਚ ਗਏ ਤਾਂ ਸੁਣਿਆ ਵਗੈਰਾ ਵਗੈਰਾ। ਉਹਨਾਂ ਨੇ ਮੈਨੂੰ ਬੁਲਾਇਆ, ਮੈਨੂੰ ਕਹਿੰਦੇ ਇੱਕ ਚੰਡੀਗੜ੍ਹ ਲੜਕੀ ਹੈ। ਮੈਂ ਕਿਹਾ ਜੀ ਅਸੀਂ ਕੈਲਕਟਾ ਸ਼ੋਅ ਦੇ ਕੇ ਆਏ ਹਾਂ। ਮੈਂ ਮਿਲਿਆ, ਕਹਿੰਦੇ ਕੈਸੀ ਆਵਾਜ਼ ਆ ਉਹਦੀ? ਮੈਂ ਕਿਹਾ ਜੀ ਬਹੁਤ ਅੱਛੀ ਆਵਾਜ਼ ਹੈ। ਮੈਂ ਫਿਰ ਟਰਾਈ ਕੀਤੀ, ਇੱਕ ਦੋ ਕਾਲਜ ਦੇ ਫੰਕਸ਼ਨ 'ਤੇ ਮੈਂ ਗਿਆ, ਐਡਰੈਸ ਤਾਂ ਉਹਨੇ ਦਿੱਤਾ, ਮੈਂ 21-20-1173 ਵੀ ਗਿਆ। ਉੱਥੋਂ ਪਤਾ ਲੱਗਿਆ ਵੀ ਬੂਰ ਮਾਜਰੇ ਉਹਨਾਂ ਦੇ ਮੰਮੀ ਅਤੇ ਉਹ ਦੋਨੇ ਹੀ ਇੱਕੋ ਸਕੂਲ 'ਚ ਪੜ੍ਹਾਉਂਦੇ। ਮੈਂ ਕਿਹਾ ਮਰ ਗਏ। ਅੱਛਾ। ਮੈਂ ਕਿਹਾ ਮੰਮੀ ਵੀ ਉੱਥੇ? ਮੈਂ ਕਿਹਾ ਬਸ ਵੀ ਹੁਣ ਕੀ ਬਣੂ, ਬਹੁਤ ਕੰਮ ਖਰਾਬ। ਮੇਰੇ ਨਾਲ ਮੇਰਾ ਇੱਕ ਫਰੈਂਡ ਸੀ ਵਿਚਾਰਾ ਸ਼ਮਾਕਲ ਜਿਹਾ, ਅਸੀਂ ਜਾ ਕੇ ਖੜ ਗਏ ਅਤੇ ਮੈਨੂੰ ਦੇਖਦੇ ਸੀ ਵੀ ਬੁਰੀ ਇੱਕਦਮ ਝਾਕੀ ਕਰੀ। ਅੱਛਾ। ਉਹ ਸ਼ੀ ਵਾਜ਼ ਵੈਰੀ ਸਟਰੋਂਗ ਉਹਦੇ ਮਦਰ। ਮੈਂ ਚੁੱਪ ਕਰਕੇ ਸੀ, ਇੱਧਰ ਨੂੰ ਮਾੜਾ ਮੋਟਾ ਘੁੰਮੇ ਘਾਮੇ, ਉੱਪਰ ਦੀ ਗੇੜਾ ਖਾ ਕੇ ਜਗਮੋਹਣ ਆਈ। ਕਹਿੰਦੇ ਤੁਸੀਂ ਕਿੱਦਾਂ ਇੱਥੇ? ਮੈਂ ਕਿਹਾ ਸਾਰਾ ਜਹਾਨ ਹੁੰਦਾ ਹੈ, ਕੈਪੀਟਲ ਆਫ ਪੰਜਾਬ ਚੰਡੀਗੜ੍ਹ। ਕਹਿੰਦੇ ਨਹੀਂ ਦੱਸੋ। ਕਹਿੰਦੇ ਤੁਸੀਂ ਬੀਬੀ ਨੂੰ ਮਿਲੋ ਅੰਦਰ ਜਾ ਕੇ, ਉਹਨੇ ਪਛਾਣਿਆ। ਅਸੀਂ ਮਿਲੇ ਜੀ ਉਹਦੇ ਮਦਰ। ਕਹਿੰਦੀ ਲੈ ਵੀ ਕਾਕਾ ਹੱਦ ਹੋ ਗਈ। ਕਹਿੰਦੇ ਆਹ ਤਾਂ ਕਮਾਲ ਹੋ ਗਈ, ਮੈਂ ਸਾਰਿਆਂ ਕੋਲ ਗੱਲ ਕਰਦੇ, ਐਸੀ ਆਵਾਜ਼ ਸੁਣੇ, ਐਸਾ ਅੱਛਾ ਆਲਰਾਊਂਡਰ ਆਰਟਿਸਟ ਸੀਗਾ, ਬਹੁਤ ਅੱਛਾ। ਮੈਂ ਜ਼ਿਕਰ ਕੀਤਾ,
ਮੈਂ ਕਿਹਾ ਐਸਾ ਸਾਡੇ ਫੰਕਸ਼ਨ ਹੁੰਦਾ ਜੀ, ਬੜਾ ਅੱਛਾ ਰਿਸਪੈਕਟੇਬਲ ਕੋਲਜਿਸ ਦੇ ਵਿੱਚ। ਕਹਿੰਦੀ ਮੈਂ ਜਾਣਦੀ ਹਾਂ ਕੋਲਜਿਸ ਵਾਲਿਆਂ ਨੂੰ, ਸਭ ਨੂੰ ਐਸੀ ਨਹੀਂ ਗੱਲ, ਪਰ ਕਹਿੰਦੀ ਮੁੰਡੇ ਵਾਲਿਆਂ ਨੇ ਨਹੀਂ ਮੰਨਣਾ। ਮੈਂ ਕਿਹਾ ਮੁੰਡੇ ਵਾਲੇ ਕਿਹੜੇ? ਮੈਂ ਅੰਦਰੋਂ ਸੋਚਿਆ ਮੁੰਡੇ ਵਾਲੇ ਤਾਂ ਮੈਂ, ਹਾਂ ਬਿਲਕੁਲ ਵਿਹਾਰੀ ਗੱਲ ਆ। ਵਾਹ ਮਾਈ ਗੋਡ। ਹਾਂ ਅੱਛਾ, ਅਤੇ ਉਹ ਫਿਰ ਉੱਥੇ ਮੈਂ ਜ਼ਿਕਰ ਕੀਤਾ ਉਹਨਾਂ ਦੇ ਮਦਰ ਕੋਲ, ਮੈਂ ਕਿਹਾ ਜੀ ਬੜਾ ਜ਼ਬਰਦਸਤ ਫੰਕਸ਼ਨ ਹੁੰਦਾ ਉੱਥੇ। ਕਹਿੰਦੇ ਨਹੀਂ ਇਹਨਾਂ ਉਹਨਾਂ ਨੇ ਮੰਨਣਾ ਨਹੀਂ ਕਿਸੇ ਨੇ। ਮੈਂ ਚਲ ਠੀਕ ਹੈ, ਮੈਂ ਵਾਪਸ ਗਿਆ। ਮੈਂ ਕਿਹਾ ਜਗਮੋਹਨ ਦਾ ਘਰ ਜਿਹੜਾ ਚੱਜ ਨਾਲ ਦੇਖ ਲਈਏ। ਅਤੇ ਉਹਨੇ ਉਹਦਾ ਬ੍ਰਦਰ ਕਹਿੰਦਾ ਉਹ ਬੋਲਦਾ ਸੀ ਦਵਿੰਦਰ ਉਹਨਾਂ ਦਾ ਬ੍ਰਦਰ, ਉਹਨਾਂ ਪਿੰਡ ਨਾਲ ਹੀ ਬੁਰ ਮਾਜਰਾ ਜੀ, ਉਹਨਾਂ ਪਿੰਡਾਂ 'ਚ ਸਾਰੇ ਕੰਗ ਨੇ ਜ਼ਿਆਦਾ। ਅਤੇ ਉੱਥੇ ਉਹਦਾ ਥੱਲੇ ਆ ਗਿਆ, ਕਹਿੰਦਾ ਉਹ ਮੂਣੀ ਨੇ ਤੁਹਾਡੀਆਂ ਫੋਟੋਆਂ ਦਿਖਾਈਆਂ, ਬੜਾ ਸ਼ਾਨਦਾਰ ਸੀ, ਐ ਸੀ ਉਹ ਸੀ ਜੇ। ਉਹਨੇ ਕਾਫੀ ਗੱਲ ਦੱਸੀ। ਮੈਂ ਕਿਹਾ ਸਾਡਾ ਇੱਕ ਫੰਕਸ਼ਨ ਹੈ ਕੋਲਜ ਦਾ, ਮੇਰੀ ਕਿਸਮਤ। ਮੈਂ ਕਿਹਾ ਤੁਹਾਡੀ ਮੰਮੀ, ਕਹਿੰਦਾ ਮੰਮੀ ਤਾਂ ਇੱਦਾਂ ਹੀ ਕਰਦੇ ਰਹਿੰਦੇ ਆ, ਮੈਨੂੰ ਤਰੀਕ ਲਿਖਾਓ ਸਰ ਮੈਂ ਤੁਹਾਨੂੰ ਫੋਨ ਕਰਾਂਗਾ। ਉਹਨਾਂ ਦਾ ਫੋਨ ਵੀ ਦੂਜੇ ਹੀ ਸੀ ਜੀ, ਉਹ ਜਿਹੜੇ ਐਵੇਂ ਘੁੰਮ ਕੇ ਨੰਬਰ ਡਾਇਲ ਕਰਦੇ। ਫੋਨ ਆ ਗਿਆ ਜੀ ਮੈਨੂੰ, ਉਹ ਜੀ ਸਤਿ ਸ਼੍ਰੀ ਅਕਾਲ। ਮੈਂ ਕਿਹਾ ਸਤਿ ਸ਼੍ਰੀ ਅਕਾਲ। ਕਹਿੰਦਾ ਜੀ ਮੈਂ ਬੋਲ ਰਿਹਾ, ਤੁਸੀਂ ਕਿਹਦੀ? ਮੈਂ ਕਿਹਾ ਹਾਂ। ਕਹਿੰਦਾ ਤੁਹਾਡਾ ਫੰਕਸ਼ਨ ਕਿੰਨੇ ਵਜੇ? ਕਹਿੰਦਾ ਪੇਪਰ 'ਚ ਆਇਆ ਤੁਹਾਡੇ ਫੰਕਸ਼ਨ ਦਾ ਸਾਰਾ। ਕਹਿੰਦਾ ਅਸੀਂ ਉਹ ਆ ਗਏ ਦੋਨੇ ਜਾਣੇ, ਬਸ ਉਹ ਆ ਗਏ ਤਾਂ ਅਸੀਂ ਛਾ ਗਏ। ਫਿਰ ਤੁਸੀਂ ਜਦੋਂ ਮੁਹੱਬਤੀ ਪ੍ਰਕਿਰਿਆ ਸ਼ੁਰੂ ਹੋ ਗਈ, ਕਿੰਨੇ ਕੁ ਵਰ੍ਹਿਆਂ ਬਾਅਦ ਜਾਂ ਕਿੰਨੇ ਕੁ ਸਮੇਂ ਬਾਅਦ ਵਿਆਹ ਬੰਧਨ 'ਚ ਬੱਝੇ? ਅਸੀਂ ਬਹੁਤ ਛੇਤੀ, ਆਫਟਰ ਫਿਊ ਮੰਥਸ, ਪਰ ਇਹ ਵਨ ਆਰ ਟੂ ਮੰਥਸ। ਪਰ ਵਿਆਹ ਤੋਂ ਪਹਿਲਾਂ ਤੁਸੀਂ ਦੁਗਾਣੇ ਗਾਉਣੇ ਸ਼ੁਰੂ ਕਰਤੇ ਸੀ? ਹੋਇਆ ਸੀ ਹੈਨਾ, ਨਹੀਂ ਉਹ ਤਾਂ ਕੱਲ ਵਿਆਹ ਕਰਾਉਣਾ ਕਿੰਨਾ ਔਖਾ ਸੀ? ਹਾਂ ਦੇਰ ਬਸ ਯੂ ਨੋ ਕੁਛ ਨਾ ਕੁਛ ਤਾਂ ਸੀ ਪਿੰਡਾਂ ਦੇ ਵਿੱਚ ਜਿਵੇਂ ਹੁੰਦਾ ਜੀ ਉਹ ਸੀ। ਲੇਕਿਨ ਅਸੀਂ ਆਪਸ ਜਦੋਂ ਇੱਕ ਸੀਗੇ ਕਪੂਰਥਲੇ, ਮੈਂ ਇੱਕ ਪ੍ਰੋਗਰਾਮ 'ਤੇ ਗਿਆ ਕਪੂਰਥਲਾ ਵਾਜ਼ ਡਿਸਟ੍ਰਿਕਟ ਯੂਨੀਵਰਸਿਟੀ, ਡਿਸਟ੍ਰਿਕਟ ਤਾਂ ਡਿਸਟ੍ਰਿਕਟ ਹੀ ਰਹਿਣੀ ਹੈ। ਉੱਥੇ ਸਾਰੇ ਔਫੀਸਰਸ, ਮੈਂ ਜਿੱਥੇ ਜਾਂਦਾ ਸੀ ਔਫੀਸਰ ਸਾਰੇ ਫੈਨ ਹੋ ਜਾਂਦੇ ਸੀ। ਉੱਥੇ ਫਿਰ ਡੀ ਸੀ ਸਾਹਿਬ ਸੀਗੇ, ਮੈਂ ਨਾਂ ਭੁੱਲ ਗਿਆ ਉਹਨਾਂ ਦਾ, ਰਜਿੰਦਰ, ਮੇਰੇ ਖਿਆਲ ਰਜਿੰਦਰ ਕੁਮਾਰ ਜਾਂ ਇਸ ਤਰ੍ਹਾਂ ਦਾ ਨਾਂ ਸੀ। ਅਤੇ ਉਹ ਮੈਂ ਉਹਨਾਂ ਨੂੰ ਦੱਸਿਆ ਸੀ ਫੋਨ 'ਤੇ ਹੋਰ ਔਫੀਸਰ, ਵੀ ਕਹਿੰਦਾ ਵੀ ਇੱਕ ਦੂਸਰੇ ਨੂੰ ਆਪਾਂ ਕਰਨਾ ਹੈ ਕੰਮ। ਅੱਛਾ ਬੜਾ ਸ਼ਾਨਦਾਰ ਸੀਨ ਸੀਗਾ ਜੀ। ਉੱਥੇ ਅਸੀਂ ਸਵੇਰੇ ਸਵੇਰੇ ਪਹੁੰਚੇ, ਫਿਰ ਮੈਂ ਜਿਹੜੇ ਉਹ ਸੀਗੇ ਡੀ ਸੀ ਸਾਹਿਬ, ਉਹਨਾਂ ਦਾ ਪੀ ਏ, ਮੈਂ ਉਹਨੂੰ ਬੁਲਾਇਆ, ਕਹਿੰਦੇ ਮੈਨੂੰ ਸਾਰੀ ਗੱਲ ਦਾ ਪਤਾ ਹੈ। ਕਹਿੰਦਾ ਜਿਹੜਾ ਲੜਕਾ ਹੈ ਇਹਦੇ ਨਾਲ ਮੈਂ ਦੋ ਚਾਰ ਗੱਲਾਂ ਕੀਤੀਆਂ, ਇਹ ਬੜਾ ਸ਼ੌਕੀਨ ਹੈ ਵੀ ਮੇਰਾ ਰਿਵਾਲਵਰ ਦਾ ਲਾਇਸੈਂਸ ਬਣਾ ਦਿਓ। ਮੈਂ ਕਹਾਂ ਜਗਮੋਹਨ ਦਾ ਬ੍ਰਦਰ, ਮੈਂ ਕਹਾਂ, ਮੈਂ ਕਿਹਾ ਇਹ ਮੇਰੇ ਲਈ ਬਣ ਰਿਹਾ? ਕਹਿੰਦੇ ਨਹੀਂ, ਮੁੰਡਿਆਂ ਨੂੰ ਸ਼ੌਕ ਹੈ ਪਿੰਡਾਂ ਦਿਆਂ ਨੂੰ। ਅਸੀਂ ਆਖਿਆ ਵੀ ਅਸੀਂ ਇਹਨੂੰ ਕਰ ਲਾਂਗੇ ਇੱਧਰ ਉੱਧਰ ਟਾਈਮ ਥੋੜ੍ਹਾ ਜਿਹਾ। ਉਹਨਾਂ ਨੇ ਮੇਰੀ ਹੈਲਪ ਕੀਤੀ, ਡੀ ਸੀ ਸਾਹਿਬ ਨੇ ਸਾਡਾ ਉਸੇ ਦਿਨ ਕੋਰਟ ਮੈਰਿਜ ਕਰ ਦਿੱਤੀ। ਅੱਛਾ ਅੱਛਾ, ਤਾਂ ਤੁਹਾਡੀ ਪਹਿਲਾਂ ਕੋਰਟ ਮੈਰਿਜ ਹੋਈ ਸੀ? ਹਾਂ ਰੀਅਲ, ਇਹ ਰੀਅਲ ਸਟੋਰੀ, ਬਿਲਕੁਲ ਰੀਅਲ ਸਟੋਰੀ ਹੈ, ਬੁੱਕਸ ਦੇ ਵਿੱਚ ਲਿਖਿਆ ਗਿਆ ਔਰ ਲਿਖਿਆ ਜਾਏਗਾ ਹਮੇਸ਼ਾ। ਮੁਬਾਰਕਬਾਦ ਕਿਸੇ ਨੂੰ ਚੁਬੋਣ ਨੂੰ ਤਾਂ ਪਤਾ ਹੀ ਸੀ ਵੀ ਹੋ ਰਿਹਾ। ਵੀ ਉਹ ਦੋ ਕੁ ਮਿੰਟ ਬਾਅਦ ਕੋਈ ਬੀਬੀ ਨੂੰ ਪਤਾ ਲੱਗਿਆ, ਪਤਾ ਨਹੀਂ ਕੀ ਹੋਊਗਾ ਸਾਰੇ ਪਿੰਡ 'ਚ ਕੀ ਹੋਊਗਾ, ਉਹ ਆਪਣਾ ਪਾਠ ਕਰੀ ਜਾਵੇ, ਮੈਂ ਦੇਖੀ ਜਾਊਗਾ। ਹੁਣ ਤੁਸੀਂ ਦਵਿੰਦਰ ਬੜਾ ਕਾਲਾ ਪਿਆ, ਤੁਸੀਂ ਚੰਡੀਗੜ੍ਹ ਜਾਓ, ਫਿਰ ਸੋਚਦੇ ਹਾਂ ਕੀ ਕਰਨਾ। ਉਹ ਕਰ ਗਏ ਤਾਂ ਦੂਜੇ ਦਿਨ ਉਹਨਾਂ ਦੇ ਮਾਮਾ ਜੀ ਆ ਗਏ ਉੱਥੇ। ਅੱਛਾ, ਉਹ ਡੀ ਸੀ ਆਫਿਸ ਕੰਮ ਕਰਦੇ ਸੀ। ਓਹੋ, ਕਹਿੰਦੇ ਮੁਬਾਰਕਾਂ ਭੈਣ ਜੀ, ਮੁਬਾਰਕਾਂ ਸਾਨੂੰ ਦੱਸਦੇ। ਅੱਛਾ, ਸਾਰੇ ਰਾਜ਼ੀ ਬਾਜ਼ੀ ਖੁਸ਼। ਉਹਨਾਂ ਨੂੰ ਬਲਵੀਰ ਸੀ, ਕਹਿੰਦੀ ਵੀ ਬਲਵੀਰ ਕਾਹਦੀਆਂ ਮੁਬਾਰਕਾਂ, ਕੀ ਹੋ ਗਿਆ? ਕਹਿੰਦਾ ਅੱਛਾ, ਸਾਤੋਂ ਲੁਕਾਉਣਾ ਮਾਮਿਆਂ ਤੋਂ। ਕਹਿੰਦੀ ਗੱਲ ਕੀ ਹੈ? ਕਹਿੰਦੀ ਐਵੇਂ ਵੀ ਲੋਕ ਭੌਂਕਦੇ ਹੈ। ਕਹਿੰਦਾ ਲੜਕਾ ਹੈ ਕੋਈ, ਬੜਾ ਅੱਛਾ ਆਰਟਿਸਟ, ਅੱਛੀ ਫੈਮਿਲੀ 'ਚੋਂ ਹੈ, ਉਹ ਮਿਲਟਰੀ ਫੈਮਿਲੀ ਦੇ ਫਾਦਰ ਆਇਆ ਸੀ ਮਿਲਟਰੀ 'ਚ। ਉਹ ਕਹਿੰਦੀ ਨਹੀਂ, ਉਹ ਤਾਂ ਵੈਸੇ ਕਲਕੱਤੇ ਸਾਡੀ ਮੁਲਾਕਾਤ ਹੋਈ ਸੀ, ਵਿਆਹ ਉਹ ਕੋਈ ਨਹੀਂ ਹੋਇਆ। ਸੋ ਫਿਰ ਬਸ ਉਸ ਤੋਂ ਫਿਰ ਗਾਇਬ ਗਏ, ਕਈ ਅੱਛੇ ਅੱਛੇ ਪ੍ਰੋਗਰਾਮਾਂ ਮੈਂ ਚੋਰੀ ਚੋਰੀ ਦਵਿੰਦਰ ਨੂੰ ਨਾਲ ਲਿਆ। ਮੁਕਤਸਰ ਦੇ ਇਲਾਕੇ ਦੇ ਵਿੱਚ ਰੌਲਾ ਪੈ ਗਿਆ, ਲੜਕੀ ਹੈ ਜਗਮੋਹਨ ਕਹਿ ਰਿਹਾ ਜੀ, ਦੋ ਜਣਿਆਂ ਨੇ ਰਲ ਕੇ ਐਂ ਕੀਤਾ, ਵੋ 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 ਗੱਲਾਂ ਗੁੱਲਾਂ।
ਫਿਰ ਮੈਂ ਰਿਕਾਰਡਿੰਗ ਆਫਿਸਰ, ਮੇਰੀ ਤਾਂ ਰਿਕਾਰਡਿੰਗ ਸੀਗੀ ਪਹਿਲਾਂ ਇਕੱਲੇ ਦੀ, ਧਾਰਮਿਕ ਗੀਤ ਦੂਸਰੇ ਮੇਰੇ ਕਾਫੀ ਅੱਛੇ ਸੀ, ਕਿਸ਼ੋਰ ਟਾਈਪ ਵੀ, ਅਤੇ ਉਹ ਫਿਰ ਜ਼ਹੀਰ ਸਾਹਿਬ ਕਹਿੰਦੇ, ਮੈਂ ਦੱਸਿਆ ਮੈਂ ਕਿਹਾ ਹਮਨੇ ਗੀਤ ਤਿਆਰ ਕਰਵਾਇਆ ਹੈ, ਉਦੋਂ ਫਿਰ ਦਵਿੰਦਰ ਨੂੰ ਮੈਂ ਇੱਧਰ ਉੱਧਰ ਕਰਕੇ ਸਾਡਾ ਪਹਿਲਾ ਗੀਤ ਉੱਥੇ ਰਿਕਾਰਡ ਹੋਇਆ ਦੋਵਾਂ ਦਾ। ਹਾਂ, ਕਿਹੜਾ ਸੀ ਉਹ ਗੀਤ? ਕਰੋੜਾਂ 'ਚ ਵਿਕਿਆ ਸੀ। ਕਿਹੜਾ? ਮੇਰੀ ਗੱਲ ਸੁਣੋ ਸਰਦਾਰ ਜੀ, ਹਾਂ, ਸਾੜੀ ਇੱਕ ਲਿਆ ਦੇ। ਮੇਰੀ ਗੱਲ ਸੁਣੋ ਸਰਦਾਰ ਜੀ, ਮੈਨੂੰ ਸਾੜੀ ਇੱਕ ਲਿਆ ਦੇ। ਨਖਰੇ ਵਾਲੀ ਨਾਰਦਾ ਸੀ, ਨਖਰਾ ਹੋਰ ਵਧਾ ਦਿਓ। ਹਾਂ, ਮੈਂ ਕਹਿੰਦਾ ਤੁਸੀਂ ਲੈ ਲਓ ਸਾੜੀ, ਸੋਹਣੇ ਹੋ। ਉਹ ਇਸ ਕਿਸਮ ਦੀ ਵਰਡਿੰਗ ਸੀਗੀ ਅਤੇ ਕਾਫੀ ਉਹ ਮਕਬੂਲ ਰਿਹਾ ਸੀਗਾ ਜੀ, ਅਤੇ ਸੌਂਗ ਸਾਡੇ ਸਾਰੇ ਟੌਪ ਰਹੇ ਹੁਣ ਅੱਜ ਤੱਕ, ਮਰਨ ਤੱਕ। ਸੋ ਇਸ ਫਿਰ ਇਹ ਤੁਹਾਡਾ ਜਦੋਂ ਗਾਣਾ ਬਹੁਤ ਮਕਬੂਲ ਹੋ ਗਿਆ, ਇਹ ਐਲ ਪੀ ਦੇ ਵਿੱਚ ਸੀ ਕਿ ਈ ਪੀ ਦੇ ਵਿੱਚ ਸੀ? ਉਹ ਸਾਰਿਆਂ 'ਚ ਹੀ ਸੀ। ਅੱਛਾ, ਈ ਪੀ 'ਚ ਵੀ, ਐਲ ਪੀ 'ਚ ਹੁਣ ਤੱਕ ਆਉਂਦਾ। ਫਿਰ ਤੁਸੀਂ ਸਟੇਜਾਂ ਸਾਂਝੀਆਂ ਕਰਨੀਆਂ ਸ਼ੁਰੂ ਕਰਤੀਆਂ, ਦੋਨੋਂ ਜਣੇ ਦੁਗਾਣੇ ਦੇ ਤੌਰ 'ਤੇ ਜਾਂਦੇ ਸੀ ਪੇਸ਼ਕਾਰੀ ਕਰਨ, ਉਦੋਂ ਅੰਦਾਜ਼ਾ ਜੋ ਪਹਿਲੇ ਤੁਹਾਡੇ ਪ੍ਰੋਗਰਾਮ ਸੀ, ਕਿੰਨੀ ਕੁ ਭੇਟਾ ਲੈਂਦੇ ਸੀ, ਕਿੰਨੇ ਕੁ ਪੈਸੇ? ਅੰਦਾਜ਼ਾ? ਵਿਆਹ ਤਾਂ ਹਾਲੇ ਹੋਇਆ ਹੀ ਨਹੀਂ, ਇਹ ਨਾਲੇ ਹੋ ਗਿਆ ਅਦਾਲਤ, ਨਾਲੇ ਕਹਿੰਦੇ ਉਹ ਅਦਾਲਤ, ਉਹ ਤਾਂ ਕੋਰਟ ਮੈਰਿਜ ਸੀ। ਅੱਛਾ, ਆ ਫੋਟੋ ਨਹੀਂ ਦੇਖੀ ਤੁਸੀਂ? ਹਾਂ, ਜਿਹੜਾ ਧੂਮ ਧੜੱਕੇ ਵਾਲਾ ਹੁੰਦਾ, ਉਸ ਤੋਂ ਬਾਅਦ ਕਰਦੇ ਜਦੋਂ ਮੰਨ ਗਏ ਬੈਨ ਨਾਲ, ਫਿਰ ਬਕਾਇਦਾ ਮੈਂ ਆਪਣੇ ਬੇਜੀ ਨੂੰ ਸਮਝਾਇਆ, ਪਰ ਇਹਨਾਂ ਦੇ ਮੰਮੀ ਫਿਰ ਵੀ ਵਿੱਚ ਵਿਚਾਲਾ ਜਾ ਰਹੇ ਵੀ ਮੇਰੀ ਸ਼ਾਦੀ ਲੁਧਿਆਣੇ ਨਹੀਂ, ਵੀ ਐਵੇਂ ਨਾ ਕੋ ਆ ਕੇ ਖਚ ਖਾਣਾ ਪਵੇ, ਸਾਡੀ ਸ਼ਾਦੀ ਦਿੱਲੀ ਹੋਈ। ਅੱਛਾ ਜੀ, ਮੇਰੇ ਕਾਫੀ ਰਿਲੇਟਿਵਸ ਅੱਛੇ ਅੱਛੇ ਦਿੱਲੀ ਸੀਗੇ, ਬੜੇ ਧੂਮ ਧਾਮ ਨਾਲ ਸ਼ਾਦੀ ਹੋਈ ਸੀ। ਬਹੁਤ ਵਧੀਆ, ਲੋਟ ਆਫ ਫੋਟੋਗ੍ਰਾਫ, ਯੂ ਮਾਈਟ ਹੈਵ ਸੀਨ ਦਾ ਫੋਟੋ। ਜੀ 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 ਜੀ। ਉਸ ਤੋਂ ਬਾਅਦ ਫਿਰ ਉੱਥੋਂ ਹੀ ਦਿੱਲੀ ਫੋਨ ਕਰਤਾ ਮੈਂ ਬੀਬੀ ਉਹਨਾਂ ਨੂੰ ਸਾਰਿਆਂ ਨੂੰ, ਅਤੇ ਆਹਿਸਤਾ ਆਹਿਸਤਾ ਪੈਚਅਪ ਹੋ ਜਾਂਦਾ, ਉਹ ਆਪ ਆਏ ਫਿਰ ਘਰ 'ਚ, ਫਿਰ ਆਉਣਾ ਜਾਣਾ ਸਮਾਂ ਪੈ ਕੇ ਗੱਲ ਆ ਜਿਹੜੀ ਉਹ ਠੰਡੀ ਪੈ ਜਾਂਦੀ। ਬੜਾ ਜ਼ਿਆਦਾ ਉਹ ਲੱਗਿਆ, ਉਤਸੁਕਤਾ ਵਾਲੀ ਗੱਲ ਲੱਗੀ ਵੀ ਆਮ ਤੌਰ 'ਤੇ ਸ਼ਾਇਦ ਗੱਲਾਂ ਨੂੰ ਢੱਕਣ ਦੇ ਲਈ ਜਾਂ ਸ਼ਾਇਦ ਹੋਰ ਕਹਿ ਲਓ ਬਹਾਨੇ ਬਣਾਉਣ ਦੇ ਲਈ ਇਹ ਕਿਹਾ ਜਾਂਦਾ ਬਜ਼ੁਰਗਾਂ ਵੱਲੋਂ ਵੀ ਸਾਡੇ ਵੇਲਿਆਂ 'ਚ ਆਹ ਕੁਛ ਨਹੀਂ ਸੀ ਹੁੰਦਾ, ਹੈ ਨਾ, ਪਰ ਜਿਹੜੀ ਤੁਸੀਂ ਕਹਾਣੀ ਸੁਣਾ ਰਹੇ ਹੋ ਇਹ ਤਾਂ ਮਤਲਬ ਬਿਲਕੁਲ ਹੁੰਦਾ ਸੀ, ਮੰਨੀਏ ਨਾ ਮੰਨੀਏ, ਹੁੰਦਾ ਸੀ ਜਵਾਬ 'ਚ ਹੁੰਦਾ ਸੀ ਬਕਾਇਦਾ। ਲੈ ਪੁੱਛੋ ਕੁਝ ਨਾ ਜੀ। ਉਹ ਮੇਰੀ ਗੱਲ ਉੱਥੇ ਦੀ ਉੱਥੇ ਰਹਿ ਗਈ ਜੀ, ਵੀ ਜਦੋਂ ਤੁਸੀਂ ਸ਼ੁਰੂਆਤੀ ਪ੍ਰੋਗਰਾਮ ਇਕੱਠੇ ਕਰਨ ਲੱਗੇ ਜਗਮੋਹਣ ਜੀ, ਤਾਂ ਤੁਸੀਂ ਭੇਟਾ ਕਿੰਨੀ ਕੁ ਰੱਖੀ ਉਦੋਂ? ਅਸੀਂ ਤਾਂ ਇੱਕਦਮ ਹੀ ਕਿਸੇ ਆਰਟਿਸਟ ਦੇ 50 ਸਾਲ ਜਾਣਾ ਹੁੰਦਾ ਨਾ, ਅਸੀਂ 50 ਦਿਨਾਂ 'ਚ ਹੀ ਚਲੇ ਗਏ ਸੀ ਜੀ, ਰਿਕਾਰਡ ਪ੍ਰੋਗਰਾਮਸ, ਏਅਰ ਕਰਾਫਟਸ, ਯੇ ਵੋ, ਫੈਮਿਲੀ ਵਾਈਜ਼ ਵੀ ਠੀਕ ਸੀਗਾ, ਐਸੀ ਨਹੀਂ ਗੱਲ, ਐਵਰੀਥਿੰਗ ਵਾਸ ਫਾਈਨ, ਲੇਕਿਨ ਬਹੁਤ ਜਲਦੀ ਅਸੀਂ ਅੱਗੇ ਵੱਧ ਰਹੇ ਸੀ। ਅੰਦਾਜ਼ਾ ਪੈਸੇ ਫਿਰ ਵੀ ਕਿੰਨੇ ਕੁ ਲੈਣੇ ਸ਼ੁਰੂ ਕਰਤੇ ਉਦੋਂ ਪਹਿਲੇ ਪ੍ਰੋਗਰਾਮ ਦੇ? ਯਾਰ ਥਿਸ ਇਜ਼ ਸੋ ਕੌਨਫੀਡੈਂਸ਼ੀਅਲ, ਇਹ ਕੁੱਟਖਾਣ ਵਾਲੀ ਗੱਲ ਹੈ। ਨਹੀਂ ਨਹੀਂ, ਉਸ ਵੇਲੇ ਦੇ ਵਿੱਚ, ਉਸ ਵੇਲੇ ਦਾ 1000 ਤੇ ਹੁਣ ਦਾ 1 ਲੱਖ ਤੱਕ ਬਣ ਗਿਆ ਨਾ, ਪਰ ਉਹਨਾਂ ਵੇਲਿਆਂ ਦੇ ਤਾਂ ਉਹਨੇ ਪੈਸੇ ਵੀ ਬਹੁਤ ਸੀ, ਪੈਸੇ ਦੀ ਕਦਰ ਸੀ, ਮੁੱਲ ਸੀ ਉਦੋਂ। ਨਹੀਂ, ਅਸੀਂ ਤਾਂ ਆਮ ਜਿਹੜੇ ਆਰਟਿਸਟ ਜਿਵੇਂ ਉਦੋਂ ਉਹਨਾਂ ਦਿਨਾਂ 'ਚ ਸਾਰਾ ਮਸ਼ਹੂਰ ਸਿੱਧਰ ਕੌਰ ਸੀ, ਆਸਾ ਸਿੰਘ ਮਸਤਾਨਾ ਸੀ, ਅਸੀਂ ਆਲਮੋਸਟ ਉਹਨਾਂ ਦੇ ਮੁਕਾਬਲੇ 'ਚ ਇੱਕਦਮ ਪਹੁੰਚੇ ਸੀ, ਕਾਫੀ ਅੱਛੀ ਪੇਮੈਂਟ ਲੈਂਦੇ ਸੀ ਅਸੀਂ ਜੀ। ਮੈਂ ਰੂਪੀ ਸਾਰੀ ਮੈਂ ਗਿਣ ਸਕਦਾ, ਲੋਕ ਵੈਸੇ ਵੀ ਵਿਆਹ ਨੂੰ ਬਹੁਤ ਪੈਸੇ ਦੇ ਦਿੰਦੇ ਆ, ਹੁਣ ਉਹ ਰਿਵਾਜ਼ ਹੋਰ ਤਰ੍ਹਾਂ ਦਾ ਹੋ ਗਿਆ ਜੀ ਜੀ ਜੀ। ਹਾਜ਼ਰ ਹੈ ਜੱਜ ਦਾ ਵਿਚਾਰ। ਸਰ, ਕਦੋਂ ਦੇ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ, ਤੁਹਾਡੀ ਸਾਰੀ ਜਰਨੀ ਦੇ ਬਾਰੇ 'ਚ, ਜੋ ਤੁਹਾਡਾ ਸਫ਼ਰ ਰਿਹਾ ਉਹਦੇ ਬਾਰੇ 'ਚ ਗੱਲਬਾਤ ਕਰ ਰਹੇ ਹਾਂ, ਪਰ ਮੈਂ ਇਹ ਜ਼ਰੂਰ ਚਾਹੁੰਦੀ ਹਾਂ ਕਿ ਜਿਹੜਾ ਗੀਤ ਦੇ ਤੁਸੀਂ ਬੋਲ ਪਹਿਲਾਂ ਸਾਂਝੇ ਕੀਤੇ, ਜਿਹੜਾ ਪਹਿਲਾਂ ਤੁਹਾਡਾ ਦੁਗਾਣਾ ਸੀ ਸਾੜੀ ਵਾਲਾ, ਉਹਦੇ ਜੇਕਰ ਕੁਝ ਬੋਲ ਤੁਸੀਂ ਸਾਡੇ ਨਾਲ ਸਾਂਝੇ ਕਰ ਲਓ ਤਾਂ। ਮੇਰੀ ਗੱਲ ਸੁਣੋ ਸਰਦਾਰ ਜੀ। ਜੀ ਯਾਰ, ਮੈਥੋਂ ਇੱਦਾਂ ਵਿਦਆਊਟ ਮਿਊਜ਼ਿਕ, ਮੈਂ ਇੱਕ ਅੱਧੀ ਲਾਈਨ ਕੋਈ ਵੈਸੇ ਹੀ ਗੁਣਗੁਣਾ ਦਿਓ। ਜਗਮੋਹਨ ਦੀ ਵਰਡਿੰਗ ਸੀ ਸ਼ਾਇਦ, ਮੇਰੀ ਗੱਲ ਸੁਣੋ ਸਰਦਾਰ ਜੀ, ਮੈਨੂੰ ਸਾੜੀ ਇੱਕ ਮੰਗਵਾ ਦਿਓ, ਨਖਰੇ ਵਾਲੀ ਨਾਰ ਦਾ ਤੁਸੀਂ ਨਖਰਾ ਹੋਰ ਵਧਾ ਦਿਓ। ਵਾਹ ਵਾਹ, ਕੀ ਬਾਤ ਹੈ! ਉਹ ਮੇਰਾ ਸੀ, ਤੁਸੀਂ ਲੈ ਲਓ ਸਾੜੀ ਸੋਹਣਿਓ, ਭਾਵੇਂ ਪਤਾ ਯਾਦ ਜਿਹਾ ਨਹੀਂ ਹੈ ਉਹਦਾ, ਪਰ ਬੜਾ ਚੰਗਾ ਲੱਗਿਆ ਤੁਹਾਡੇ ਮੂੰਹੋਂ। ਗੀਤ ਬਹੁਤ 100 ਸੁਪਰ ਹਿੱਟ ਗਿਆ ਜੀ, ਫੇਰ ਤਾਂ ਜਿਹੜੇ ਗੀਤਾਂ ਨੇ ਤੁਹਾਨੂੰ ਅਮਰ ਕਰਤਾ, ਘਰ ਘਰ ਦੇ ਵਿੱਚ ਪਹੁੰਚਾਤਾ, ਹਰ ਹੱਟੀ ਪੱਠੀ ਪਹੁੰਚਾਤਾ, ਹਰ ਦਿਲ ਦੇ ਕੋਨੇ ਦੇ ਵਿੱਚ ਜਮ੍ਹਾਂ ਕਰਤਾ ਤੁਹਾਨੂੰ,
ਉਹ ਹੈਗੇ ਆ ਬਾਬਾ ਵੇਕਲਾ ਮਰੋੜ, ਬੜਾ ਕਰਾਰਾ ਪੂਤਨਾ। ਕੀ ਬਾਤ ਹੈ। ਅਤੇ ਇਹ ਫਿਰ ਜਿਹੜੇ ਗੀਤ ਆ ਇਹਨਾਂ ਦੀ ਚੋਣ ਕਿਵੇਂ ਹੋਈ ਸੀ, ਲਿਖੇ ਕਿੰਨਾ ਨਹੀਂ ਸੀ ਇਹ ਗੀਤ? ਇਹ ਵੱਖ ਵੱਖ ਸ਼ਾਇਰ ਜਦੋਂ ਸਾਡੇ ਗੀਤ ਹੋਰ ਅਲੱਗ ਅਲੱਗ ਜਗ੍ਹਾ 'ਤੇ ਲੱਖਾਂ ਕਰੋੜਾਂ 'ਚ ਵਿਕ ਰਹੇ ਸੀ, ਸਾਰੇ ਮੁਲਕਾਂ 'ਚ, ਫੋਰਨ 'ਚ, ਇੱਧਰ ਉੱਧਰ, ਹਰ ਸ਼ਾਇਰ ਜੋ ਉੱਠਦਾ ਸੀ ਸਾਨੂੰ ਅਪਰੋਚ ਕਰਦਾ ਸੀ ਭਾਈ ਸਾਹਿਬ ਸਾਡਾ ਵੀ ਥੋੜ੍ਹਾ ਜਿਹਾ ਉਹ ਰੱਖੋ ਖਿਆਲ, ਮੈਂ ਲਿਆਓ ਕੀ ਲਿਖਿਆ ਤੁਸੀਂ ਦੱਸੋ ਜੀ। ਫਿਰ ਇੱਦਾਂ ਅਸੀਂ ਸਿਲੈਕਟ ਕਰਦੇ ਸੀਗੇ ਸੌਂਗਸ ਸਾਡੇ। ਵੀ ਆਰ ਸੋ ਲੱਕੀ, 99.9 ਸਾਡੇ ਜਿੰਨੇ ਦੁਕਾਨੇ ਹੋਏ ਹੈ ਆਲਮੋਸਟ ਸਾਰੇ ਸਕਸੈਸਫੁਲ ਰਹੇ ਹੈ, ਬਹੁਤ ਹੀ ਜ਼ਿਆਦਾ। ਫਿਰ ਮੈਂ ਦੂਸਰੇ ਸਾਹਿਤਕ ਗੀਤ ਵੀ ਗਾਏ, ਸ਼ਿਵ ਮੈਂ ਗਾਇਆ ਫਸਟ ਟਾਈਮ, ਔਰ ਜਗਮੋਹਨ ਦਾ ਮਿਰਜ਼ਾ ਵਰਲਡ ਦੇ ਵਿੱਚ ਮਸ਼ਹੂਰ ਹੈ। ਸਹੀ। ਪਿੰਡਾਂ 'ਚ ਜਾਂਦੇ ਜਿਵੇਂ ਆ ਮਲੋਟ, ਬੋਹਰ, ਮੁਕਤਸਰ ਇਲਾਕੇ ਹੈ, ਇਹਨਾਂ ਨੂੰ ਪਿੱਛਾ ਖਿੱਚੂ, ਅੱਜ ਕੱਲ੍ਹ ਤਾਂ ਮਾਡਰਨ ਹੋਏ ਆ ਬੜੇ ਜ਼ਬਰਦਸਤ, ਅਤੇ ਸਾਰੇ ਪਿੰਡਾਂ ਦੇ ਵਿੱਚ ਸਾਡੀ ਬੁਕਿੰਗ 100% ਸਭ ਤੋਂ ਜ਼ਿਆਦਾ ਹੁੰਦੀ ਸੀਗੀ। ਪਰ ਇਹ ਜਿਹੜੇ ਗੀਤ ਨੇ ਮੈਂ ਜਿੰਨਾ ਕੁ ਸੁਣਿਆ ਕਿਸੇ ਤੋਂ ਕਿ ਬੜਾ ਕਰਾਰਾ ਪੂਤਨਾ ਸ਼ਾਇਦ ਜਨਾਬ ਗੁਰਦੇਵ ਸਿੰਘ ਮਾਨ ਹੋਰਾਂ ਦਾ ਸੀ। ਹਾਂ, ਦੇਖੋ ਗੁਰਦੇਵ ਸਿੰਘ ਮਾਨ ਇੱਕ ਸ਼ਾਹੀ ਖਾਨਦਾਨਾਂ ਦੇ ਨਾਲ ਸੰਬੰਧ ਰੱਖਣ ਵਾਲੇ ਸ਼ਾਇਰਾਂ ਦੇ ਵਿੱਚੋਂ ਸੀਗੇ, ਮਤਲਬ ਵੀ ਉੱਚ ਉੱਚ ਉਹ ਲੋਕ ਉਹਨਾਂ ਨੂੰ ਪੇਮੈਂਟ ਕਰ ਸਕਦੇ ਸੀ ਜੀ, ਸਾਨੂੰ ਬੜਾ ਪਿਆਰ ਕਰਦੇ ਸੀਗੇ। ਇਹ ਸਿੱਠਣੀਆਂ ਗੁਰਦੇਵ ਸਿੰਘ ਮਾਨ ਦੀਆਂ ਨੇ, ਔਰ ਬਾਕੀ ਹੋਰ ਗੀਤ ਅਲੱਗ ਅਲੱਗ। ਅਤੇ ਬਾਬਾ ਵੇ ਕਲਾ ਮਰੋੜ ਇਹ ਕਿੰਨਾ ਦਾ ਸੀਗਾ? ਬੜਾ ਕਰਾਰਾ ਪੂਤਨਾ, ਬੜਾ ਕਰਾਰਾ ਪੂਤਨਾ ਕਿਹਦਾ ਸੀਗਾ ਜੀ? ਇਹ ਬਾਬੂ ਸਿੰਘ ਮਾਨ ਦਾ ਤੇ ਉਹ ਗੁਰਦੇਵ ਸਿੰਘ ਮਾਨ ਹੋਣਾ ਜੀ। ਤੇ ਇਹ ਦੱਸੋ ਮੈਨੂੰ ਕਿ ਜੋ ਤੁਸੀਂ ਉਹਦੇ ਵਿੱਚ ਨਾਟਕੀ ਤੌਰ ਦੇ ਉੱਤੇ ਪੇਸ਼ ਕੀਤਾ ਬਾਬਾ ਵੇ ਕਲਾਮ ਰੋਡ ਦੇ ਵਿੱਚ, ਮੂੰਹ ਦੇ ਨਾਲ ਆਵਾਜ਼ਾਂ ਕੱਢੀਆਂ, ਬਾਬਾ ਗੇਅਰ ਗੱਡੀ ਦਾ ਅੜਗਤ ਧੱਕਾ ਲਾਉਂਦੀ ਸਾ ਸਾ ਧੱਕਾ ਲਾਉਂਦੀ ਨੂੰ ਸਾ, ਹਾਂ ਉਹ ਉਹ ਫਿਰ ਕਿਵੇਂ ਤੁਸੀਂ ਸਾਰਾ ਚਿਤਰਿਆ ਸੀਗਾ ਇਹ? ਉਹ ਤਾਂ ਬਾਈ ਚਾਂਸ ਉਸੇ ਤਰ੍ਹਾਂ ਮੈਂ ਆਈ ਪਲੇ ਇੰਸਟਰੂਮੈਂਟਸ ਵਿਦਆਊਟ ਐਨੀ ਇੰਸਟਰੂਮੈਂਟ। ਵੈਸੇ ਉਹਦੀ ਜਿਹੜੀ ਸ਼ੁਰੂਆਤੀ ਧੁਨ ਸੀ ਬਾਬਾ ਵੇ ਕਲਾ ਮਰੋੜ ਦੀ ਜਿਹੜੀ ਸ਼ੁਰੂਆਤ ਦੇ ਵਿੱਚ ਆਉਂਦੀ ਹੈ, ਜੇਕਰ ਉਹ ਥੋੜੀ ਜੀ ਉਹਦੀ ਤੁਸੀਂ ਪੇਸ਼ਕਾਰੀ ਕਰਦੇ ਤਾਂ ਉਹ ਗੀਤ ਤਾਂ ਬਹੁਤ ਜਿਵੇਂ ਬਾਬਾ ਗੱਡੀ ਕਿਉਂ ਰੋਕੀ ਆ, ਕੀ ਦੱਸਾਂ ਕੁੜੀਏ ਗੱਡੀ ਦਾ ਤਾਂ ਗੇਅਰ ਹੀ ਅੜ ਗਿਆ। ਵਾਹ। ਅੱਛਾ, ਮੈਂ ਵੈਸੇ ਵੀ ਜਦੋਂ ਕਿਤੇ ਕਾਲਜ ਸਕੂਲ ਦੇ ਵਿੱਚ ਮੈਨੂੰ ਕੋਈ ਉੱਦਾਂ ਫੋਨ 'ਤੇ, ਕੱਲ੍ਹ ਪਰਸੋਂ ਕਾਫੀ ਅੱਛੇ ਇੱਥੇ ਕਹਿੰਦੋ ਉਹਨਾਂ ਦੇ ਸਾਰੇ ਟੋਪ ਅਫੀਸਰ ਨੇ ਪੁਲਿਸ ਦੇ, ਭੁੱਲਰ ਸਾਹਿਬ ਜੀ, ਇੱਕ ਕੋਈ ਆਈ ਜੀ ਹੈ, ਕੋਈ ਡੀ ਆਈ ਜੀ ਹੈ, ਮਤਲਬ ਟੋਪ ਨੇ ਮੇਰੇ, ਸਾਡੇ ਉਹ ਫੈਨ ਨੇ ਮੇਰੇ ਅਤੇ ਜਗਮੋਹਨ ਦੇ, ਹੁਣ ਤੱਕ ਫੈਨ ਰਹੇ ਨੇ। ਅਤੇ ਉਹਨਾਂ ਨੇ ਸਾਰੇ ਉੱਥੇ ਬਾਹਰ ਕਨੇਡਾ ਅਮੈਰੀਕਾ ਵੀ ਸਭ ਉਹ ਛਾਏ ਹੋਏ ਨੇ। ਉੱਥੋਂ ਮੈਨੂੰ ਫੋਨ ਆਇਆ, ਕੱਲ੍ਹ ਰਾਤ ਦੀ ਗੱਲ ਹੈ, ਉੱਥੋਂ ਫੋਨ ਆਇਆ ਮੈਨੂੰ, ਕਹਿੰਦੇ ਯਾਰ ਸਾਡੇ ਬਹੁਤ ਦੋਸਤ ਇਕੱਠੇ ਹੋਏ ਹੈ, ਉਹ ਮੁੰਡੇ ਦਾ ਨਾਂ ਰਮਨ ਭੁੱਲਰ ਕਿ ਅਮਨ ਭੁੱਲਰ, ਕਹਿੰਦਾ ਅੰਕਲ ਤੁਸੀਂ ਉਹ ਗੀਤ ਸੁਣਾ ਦਿਓ ਮੈਨੂੰ। ਪਿੱਛੇ ਜੇ ਅਵਾਰਡ ਮੈਨੂੰ ਕਾਫੀ ਮਿਲੇ, ਸਟੇਟ ਅਵਾਰਡ ਵੀ ਮੈਨੂੰ ਮਿਲਿਆ ਐਤਕੀ, ਉਹ ਸ਼ਿਵ ਕੁਮਾਰ ਬਟਾਲਵੀ 'ਤੇ ਮਿਲਿਆ, ਸ਼ਿਵ ਮੈਂ ਹੀ ਗਾਇਆ ਸਭ ਤੋਂ ਪਹਿਲਾਂ। ਅੱਛਾ, ਉਹ ਜਿਹਦੀ ਮੈਂ ਗੱਲ ਕਰ ਰਿਹਾ ਸੀਗਾ, ਕਹਿੰਦੇ ਵੀ ਸਾਨੂੰ ਸੁਣਾਓ ਕੁਝ ਨਾ ਕੋਈ, ਮੈਂ ਕਿਹਾ ਮੈਂ ਯਾਰ ਸੁਣ ਨਹੀਂ ਰਿਹਾ, ਮੈਂ ਤਾਂ ਪਤਾ ਨਹੀਂ ਮੈਂ ਕੀ ਕਰ ਰਿਹਾ। ਕਹਿੰਦੇ ਨਹੀਂ ਤੁਸੀਂ ਅੰਕਲ ਸੁਣਾਓ, ਮੇਰੇ ਦੋਸਤ ਹੈ। ਮੈਂ ਕਿਹਾ ਕਿਹੜਾ ਸੁਣਨਾ, ਕੋਈ ਆਮ ਜੱਗਾ ਜੱਟ ਫਲਾਣਾ ਜੇ ਵੋ ਕਿਹਾ ਰਫੀ? ਕਹਿੰਦੇ ਰਫੀ ਦਾ ਉਹਦਾ ਸੁਣੋ ਕੋਈ। ਮੈਂ ਕਿਹਾ ਮਿਊਜ਼ਿਕ ਫੇਰ ਵੀ ਚਾਹੀਦਾ, ਬਹੁਤ ਮਿਊਜ਼ਿਕ ਫੇਰਿਆ ਨੇ। ਮੈਂ ਫਿਰ ਇੱਕ ਲਾਈਨ ਸੁਣਾਈ ਰਾਤ ਨੂੰ, ਹਾਂਜੀ ਉਹ ਇੱਥੇ ਸੁਣਾ ਦਿਓ ਸਾਨੂੰ ਵੀ। ਤੁਮਾਰੇ ਜ਼ੁਲਫ ਕੇ ਤੁਮਾਰੇ ਜ਼ੁਲਫ ਕੇ ਸਾਏ ਮੈਂ ਸ਼ਾਮ ਕਰ ਲੂੰਗਾ,
ਸਫ਼ਰ ਇੱਕ ਉਮਰ ਕਾ, ਸਫ਼ਰ ਇੱਕ ਉਮਰ ਕਾ, ਪਲ ਮੈਂ ਤਮਾਮ ਕਰ ਲੂੰਗਾ, ਲਿਟਲ ਬਿਟ ਬਾਈ ਮਾਊਥ, ਕਰ ਲੂੰਗਾ ਨਜ਼ਰ ਮਿਲਾਈ ਤੋ ਪੁੱਛੂਗਾ ਇਸ਼ਕ ਕਾ ਅੰਜਾਮ, ਨਜ਼ਰ ਝੁਕਾਈ ਤੋ ਖਾਲੇ ਜ਼ਲਾਮ ਕਰ ਲੂੰਗਾ, ਤੁਮਾਰੀ ਜ਼ੁਲਫ ਕੇ ਸਾਏ ਮੇ ਸ਼ਾਮ ਕਰ ਲੂੰਗਾ। ਜਾਣਕਾਰੀ ਚ ਵਾਧਾ ਕਰੋ ਕਿ ਤੁਸੀਂ ਤੇ ਜਗਮੋਹਨ ਕੌਰ ਜੀ ਨੇ ਅੰਦਾਜ਼ਾ ਕਿੰਨੇ ਗੀਤ ਗਾਏ ਹੋਣਗੇ? ਸੈਂਕੜੇ ਤਾਂ ਬਹੁਤ ਘੱਟ ਆ, ਅਸੀਂ ਬਹੁਤ ਗਾਏ ਹੈ, ਕਾਫੀ ਅੱਛੇ ਗਾਏ ਹੈ। ਆਈਂਦਾ ਜਦੋਂ ਤੁਸੀਂ ਮਿਲੋਗੇ ਮੈਂ ਪੂਰਾ ਲਿਸਟ ਬਣਾ ਕੇ ਰੱਖੂਗਾ, ਮੈਂ ਤਾਂ ਕਿ ਹੈਲੋ ਹੈਲੋ ਹੋ ਜੂਗੀ ਤਾਂ ਦੈਟਸ ਆਲ। ਮੈਨੂੰ ਇਹ ਦੱਸੋ ਇੱਕ ਹੋਰ ਗੱਲ ਦੱਸੋ, ਇੱਕ ਚੀਜ਼ ਹੋਰ ਪਹਿਲਾਂ ਦੱਸਿਓ ਵੀ ਬਾਬਾ ਵੇ ਕਲਾਮ ਰੋਡ ਇਹ ਇਹਦਾ ਰਿਕਾਰਡ ਕਿੰਨਾ ਕੁ ਵਿਕਿਆ ਹੋਊਗਾ ਉਸ ਵੇਲੇ 'ਚ? ਉਹ ਹੁਣ ਵੀ ਵਿਕ ਰਿਹਾ ਉਨਾ ਹੀ ਜੀ, ਪਰ ਉਸ ਵੇਲੇ ਕਿਉਂਕਿ ਉਸ ਵੇਲੇ ਤੁਹਾਡੀ ਜੋੜੀ ਵੀ ਬਹੁਤ ਬੜਾ, ਉਹਦੀ ਰਾਇਲਟੀ ਐਡੀ ਐਡੀ ਆਉਂਦੀ ਲੱਖਾਂ 'ਚ। ਵਾਹ, ਅੱਛਾ, ਹਾਂ ਵਾਹ, ਸਾਡੇ ਲੈਕਸ ਆਉਂਦੇ ਸੀ ਰਾਇਲਟੀ ਹਮੇਸ਼ਾ ਹੀ ਜੀ, ਹੁਣ ਵੀ ਇਹਨਾਂ ਨਾਲ ਕਿ ਜਿਸ ਤੋਂ ਤੁਸੀਂ ਸੁਣਦੇ ਹੋ ਰੋਜ਼ ਕੀ ਹੈ ਯੂਟਿਊਬ, ਯੂਟਿਊਬ ਦਾ ਐਤ ਕਿ ਸਭ ਤੋਂ ਵੱਡਾ ਚੈੱਕ ਹੋ ਸਕਦਾ ਸਾਡਾ ਹੋਵੇ। ਵਾਹ, ਰੋਜ਼ ਉਹ ਵੱਡੇ ਟੌਪ ਆਫਿਸਰ ਨਾਲ ਖੈਲਕੜਾ ਗੱਲਬਾਤ ਚੱਲਦੀ ਹੈ, ਪਰ ਉਹ ਤਾਂ ਸੰਬੰਧਿਤ ਕੰਪਨੀ ਦੇ ਅਧਿਕਾਰ ਦੇ ਵਿੱਚ ਹੈ ਨਾ, ਜਿਹੜੀ ਕੰਪਨੀ ਨੇ ਉਹ ਜਾਰੀ ਕੀਤੇ ਰਿਲੀਜ਼ ਕੀਤੇ ਉਹ ਤਾਂ ਉਹਨਾਂ ਦਾ ਅਧਿਕਾਰ ਖੇਤਰ ਬਣ ਗਿਆ। ਨਹੀਂ ਉਹ ਦੇ ਸੈਂਡ ਰਾਇਲਟੀ ਈਵਨ ਨਾਓ, ਸਾਨੂੰ ਨਹੀਂ ਸੀ ਜ਼ਿਆਦਾ ਇਲਮ ਨਹੀਂ ਸੀ, ਲੇਕਿਨ ਬੜੀ ਟੌਪ ਆਫਿਸਰ ਨਾ ਉਹ ਮਿਸਟਰ ਸੈਮ ਚੌਧਰੀ ਨਾਂ ਵੀ ਯਾਦ ਆ ਗਿਆ, ਅਤੇ ਇਹ ਮੈਂ ਕੈਲਕਟਾ ਗਿਆ, ਉਹਨਾਂ ਨੇ ਮੈਨੂੰ ਖਾਣੇ 'ਤੇ ਬੁਲਾਇਆ, ਇੱਕ ਸ਼ੋਅ 'ਤੇ ਗਿਆ ਸੀ, ਉੱਥੇ ਗਏ ਅਤੇ ਖਾਣੇ ਤੋਂ ਬਾਅਦ ਇੱਕ ਬਜ਼ੁਰਗ ਆਇਆ, ਕਹਿੰਦਾ ਆਪਣੇ ਇਤਨੀ ਅੱਛੀ ਅੱਛੀ ਧੁਨੇ, ਬੜੀ ਕਾਮੇਡੀ ਦੀ ਹੈ, ਹਮਨੇ ਆਪਕੋ ਕਿਆ ਦਿਆ ਹੈ ਯੇ ਲੋ ਲਿਫਾਫਾ, ਮੈਂ ਕਿਸ ਮੈਂ ਕਿਹਾ ਕਹਿੰਦੇ ਇਸ ਮੈਂ 1.25 ਲੱਖ ਰੁਪਏ ਹੈ, ਮੈਂ ਕਿਹਾ ਵੋ ਕਿਉਂ, ਕਹਿੰਦਾ ਵੋ ਅੰਦਰ ਸੇ ਹੁਕਮ ਹੋਇਆ ਹੈ, ਉਹ ਆਏ ਹੈ, ਕਦਮ ਰੱਖਾ ਹੈ, ਕੁਛ ਨਾ ਕੁਛ ਤਾਂ ਦਿਓ, ਫਿਰ ਉਹਨੇ ਮੈਨੂੰ ਗਾਈਡ ਕੀਤਾ, ਯੋਰ ਰਾਇਲਟੀ ਇਜ਼ ਸਟਿਲ ਪੈਂਡਿੰਗ ਇਨ ਕਰੋੜਸ ਈਵਨ। ਮੈਂ ਕਿਹਾ ਮੈਂ ਉਹਦੇ 'ਤੇ ਕੰਮ ਕਰੂੰਗਾ, ਉਹਦੇ 'ਤੇ ਮੈਂ ਹੁਣ ਵਰਕ ਕਰ ਰਿਹਾ। ਇੱਕ ਦੱਸੋ ਕਿ ਜਿਹੜਾ ਬੜਾ ਕਰਾਰਾ ਭੂਤ ਦਾ ਪੂਰਾ ਨਾ, ਸੱਚੀ ਮੁੱਚ ਜਦੋਂ ਆਪਾਂ ਐ ਬੋਲਦੇ ਆ ਮੂੰਹ ਦੇ ਵਿੱਚ ਸ਼ਬਦ ਕੱਢਦੇ ਆ ਨਾ, ਇਹ ਲੱਗਦਾ ਵੀ ਕੂੰਡੇ ਦੇ ਵਿੱਚ ਪਲਤ ਭੂਤ ਦਾ ਰਗੜਿਆ ਜਾ ਰਿਹਾ, ਇਹ ਬਹੁਤ ਕਰਾਰਾ ਸਵਾਦ ਆਉਂਦਾ। ਮੈਂ ਤਾਂ ਹੁਣ ਘਰੇ ਵੀ ਕਿਆ ਕਰਦਾ ਕਰਾਰਾ। ਜੁਗਮੋਹ 'ਚ ਬਹੁਤ ਡਰਾਮਾ ਸੀ, ਹਾਂ ਸ਼ਿਵਸ ਕਰ ਮੈਲੋਡੀ ਵਿੱਚ ਵੀ, ਅਗਰ ਉਹਨੇ ਕੋਈ ਗਾਇਆ ਵਿਆਹ ਦੇ ਉੱਤੇ ਗੀਤ ਗਾਇਆ ਤਾਂ, ਧਾਰਮਿਕ ਗਾਇਆ ਤਾਂ, ਗੁਰੂ ਗੋਬਿੰਦ ਸਿੰਘ ਜੀ ਦਾ ਗਾਇਆ ਤਾਂ, ਜਗਮੋਹਨ ਵਾਸ ਗ੍ਰੇਟ, ਨੋਬਡੀ ਕੈਨ ਬੀ ਜਗਮੋਹਨ। ਇਹ ਜਿਹੜੇ ਗੀਤਾਂ ਨਹੀਂ ਤੋੜ ਸੀ, ਲੜਕੀ ਮਿਲੇ ਸਾਡੇ 'ਤੇ ਕਿਰਪਾ ਕਰੋ, ਜੇ ਅਗਰ ਕੋਈ ਲੜਕੀ ਅੱਛੀ ਡਰਾਮਾ ਆਰਟਿਸਟ ਹੋਵੇ, ਮਾਈ ਮੂਹਣੋਂ ਬਣਨਾ ਚਾਹੁੰਦੀ ਹੋਵੇ, ਈਵਨ ਤੁਸੀਂ ਹੋਵੋ ਭਾਵੇਂ। ਇੱਕ ਦੱਸੋ ਕਿ ਜਿਹੜਾ ਬੜਾ ਕਰਾਰਾ ਪੂਰਨਾ, ਇਹਦੀ ਚੋਣ ਤੁਸੀਂ ਕੀਤੀ ਸੀ ਜਾਂ ਜੋ ਤੁਹਾਡੀ ਸਮੁੱਚੀ ਟੀਮ ਸਾਰੇ ਮੈਂਬਰ ਬੈਠ ਕੇ ਉਹ ਕਰਦੇ ਸੀ? ਮੈਂ ਸੋਚਿਆ ਤਾਂ ਮਿਊਜ਼ੀਸ਼ੀਅਨ ਸੀ ਇਹ ਵਿਚਾਰੇ ਜੀ, ਤਾਂ ਸ਼ਾਮ ਨੂੰ ਇਹ ਤੁਸੀਂ ਕਰਦੇ ਸੀ ਗਾਣਿਆਂ ਦੀ ਚੋਣ, ਮਤਲਬ ਤੁਸੀਂ ਹੀ ਕਰਦੇ ਸੀ ਤਰਜ਼ ਘਾੜੇ ਵੀ ਤੁਸੀਂ ਸੀ? ਉਹ ਤਾਂ ਹਰ ਗਾਣੇ ਦੀ ਟਿਊਨ ਨਾਲ ਸਾਡੇ ਆਪਣੇ ਹੈ ਜੀ, ਸੋ ਰੋਡ ਜਿੱਡੇ ਵੀ ਗਾਣੇ ਹੋਏ ਆ ਸਾਡੇ ਬਾਬਾ ਵੇ ਕਲਾਮ ਰੋਡ ਤੋਂ ਇਲਾਵਾ ਵੀ ਜੋ ਵੀ ਹੋਇਆ ਨਾ, ਸਾਡੀ ਆਪਣੀਆਂ ਹੀ ਟਿਊਨਸ ਆ, ਸ਼ਰਾਰਤਾਂ ਇਹ ਵੋ, ਮਾਈ ਮੂਹਣੋਂ ਤਾਂ ਸਪੈਸ਼ਲੀ ਹੈ ਨਾ ਵਰਲਡ ਵਾਈਡ, ਪਾਕਿਸਤਾਨ ਜਾਈਏ ਬੜਾ ਆਨੰਦ ਲੈਂਦੇ ਹੈ, ਬੜੇ ਬੜੇ ਟੌਪ ਟੌਪ ਬੰਦੇ ਘਰ। ਪਰ ਤੁਸੀਂ ਵੇਖੋ ਵੀ ਅੱਜ ਵੀ ਲੋਕਾਂ ਨੂੰ ਯਾਦ ਹੈ, ਅੱਜ ਦੀ ਪੀੜ੍ਹੀ ਵੀ ਜਾਣਦੀ ਹੈ ਮਾਈ ਮੋਹਣ ਉੱਤੇ ਪੋਸਤੀ। ਲੈ ਅੱਜ ਦੀ ਪੀੜ੍ਹੀ ਤਾਂ ਜ਼ਿਆਦਾ ਜਾਣਦੀ ਹੈ, ਸੱਚੀ ਗੱਲ ਹੈ। ਹਾਂ
ਅੱਜ ਵੀ ਡੀਜੇ ਦੇ ਉੱਪਰ ਗਾਣੇ ਵੱਜਦੇ ਨੇ। ਜਦੋਂ ਨਾ ਉਹ ਬਣਾਉਂਦੇ ਆ ਉਹਨੂੰ ਕੀ ਕਹਿੰਦੇ ਹੁੰਦੇ ਆ, ਅਦਾਕਾਰੀ ਕਰਦੇ ਆ ਮੁੰਡੇ ਕੁੜੀਆਂ ਲਿਆ ਕੇ ਬਾਬਾ ਵੇ ਕਲਾਮ ਰੋਡ ਉਹ ਤੇ ਫਿਰ ਉਹ ਨਾਟਕੀ ਤੌਰ ਦੇ ਉੱਤੇ ਪੇਸ਼ਕਾਰੀਆਂ ਕਰਦੇ ਆ। ਬਹੁਤ ਚੰਗਾ ਲੱਗ ਰਿਹਾ ਦੀਪ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਪਰ ਨਾ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਇੱਥੇ ਮੁਕਾਉਣਾ ਨਹੀਂ ਜੀ, ਇਹ ਲਗਾਤਾਰਤਾ ਨੂੰ ਬਰਕਰਾਰ ਰੱਖਣਾ। ਪਰ ਅੱਜ ਦੇ ਲਈ ਆਪਾਂ ਇੱਥੇ ਸਤਿ ਸ਼੍ਰੀ ਅਕਾਲ ਕਹਿੰਦੇ ਹਾਂ ਅਤੇ ਅਗਲੀ ਕਿਸ਼ਤ ਦੇ ਵਿੱਚ ਫਿਰ ਤੁਸੀਂ ਮਾਈ ਮੋਹਣੋ ਅਤੇ ਪੋਸਤੀ ਦੇ ਤੌਰ ਦੇ ਉੱਤੇ ਕਿਵੇਂ ਜਾਣੇ ਗਏ, ਦੇਸ਼ ਦੁਨੀਆਂ ਦੇ ਦੌਰੇ ਕਿਵੇਂ ਕੀਤੇ, ਫਿਰ ਜਗਮੋਹਨ ਕੌਰ ਜੀ ਦੇ ਜਾਣ ਤੋਂ ਬਾਅਦ ਕਿਵੇਂ ਇਕੱਲਤਾ ਹੰਡਾਉਣ ਦੇ ਲਈ ਮਜਬੂਰ ਹੋਏ, ਇਹ ਸਾਰੀਆਂ ਤੁਹਾਡੇ ਦਿਲ ਦੀਆਂ ਗੱਲਾਂ ਜਾਣਨੀਆਂ। ਪਰ ਅੱਜ ਆਪਾਂ ਹੁਣ ਇੱਥੇ ਸਮਾਪਤੀ ਕਰਦੇ ਹਾਂ। ਸੋ ਫਿਲਹਾਲ ਦੇ ਲਈ ਇਸ ਕਿਸ਼ਤ ਨੂੰ ਇੱਥੇ ਹੀ ਸਮੇਟਦੇ ਹਾਂ ਜੀ, ਪਰ ਲਗਾਤਾਰਤਾ ਬਰਕਰਾਰ ਹੈ, ਕੱਲ੍ਹ ਨੂੰ ਇਸੇ ਜਗ੍ਹਾ 'ਤੇ ਬੈਠ ਕੇ ਦੁਬਾਰਾ ਤੋਂ ਤੁਹਾਡੇ ਨਾਲ ਮੁਲਾਕਾਤ ਹੋਏਗੀ। ਤਦ ਤੱਕ ਦੇ ਲਈ ਸਾਨੂੰ ਤਿੰਨਾਂ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ ਹਾਜ਼ਰ ਹੈ ਜੱਜ ਦਾ ਵਿਚਾਰ।